ਸ੍ਰੀ ਗੁਰੂ ਜੀ ਸਸਰੀਕਾ ਵੈਲਕਮ ਟੂ ਆਲ ਆਫ ਯੂ ਪੰਜਾਬ ਡਾ 247 ਦੇ ਤੁਹਾਡੇ ਸਾਰਿਆਂ ਦਾ ਬਹੁਤ ਸਵਾਗਤ ਹੈ ਤੇ ਕਲਾਸ ਸਟਾਰਟ ਹੋ ਚੁੱਕੀ ਹੈ ਇੱਕ ਵਾਰੀ ਸੈਸ਼ਨ ਨੂੰ ਜਾ ਨਾਪ ਕੇ ਸ਼ੇਅਰ ਕਰ ਦਿਓ ਬਹੁਤ ਬਿਹਤਰੀਨ ਕਲਾਸ ਜਿਹੜੀ ਪ੍ਰਪੇਅਰ ਕੀਤੀ ਆ ਮੈਂ ਤਾਂ ਪੂਰੀ ਮਾਰੀ ਦੀ ਆ ਸੋ ਥੈਟ ਕਿ ਤੁਹਾਡੀ ਅੱਛੀ ਤਰ੍ਹਾਂ ਤਿਆਰੀ ਹੋ ਸਕੇ ਤਾਨੂੰ ਹਰ ਇੱਕ ਜਿਹੜਾ ਵੈਲਿਊਏਬਲ ਕੰਟੈਂਟ ਹੈ ਜਿਹੜਾ ਪ੍ਰੋਵਾਈਡ ਕਰਵਾਇਆ ਜਾ ਸਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜਲਦੀ ਜਲਦੀ ਸ਼ੇਅਰਿੰਗ ਕਰਨੀ ਸਟਾਰਟ ਕਰੋ ਸ਼ੇਅਰਿੰਗ ਇਸ ਸ਼ੇਅਰਿੰਗ ਤੋਂ ਜਲਦੀ ਜਲਦੀ ਵੀਡੀਓ ਨੂੰ ਸਟਾਰਟ ਕਰਦੇ ਆਂ ਔਰ ਫਿਰ ਚੱਲਦੇ ਆਂ ਕੁਐਸਚਨ ਤੇ ਹਨਾ ਹਾਂਜੀ ਚਲਿਏ ਕੁਐਸਚਨ ਤੇ ਚਲੋ ਜੀ ਕੁਐਸਚਨ ਤੇ ਚੱਲਦੇ ਆਂ ਆਪਣਾ ਲੈਕਚਰ ਸਟਾਰਟ ਹੈ ਸਸਰੀਕਾਲ ਜੀ ਸਸਰੀਕਾਲ ਨਮਸਕਾਰ ਵੈਲਕਮ ਟੂ ਆਲ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਚਲੋ ਕੁਐਸਚਨ ਆਪਣਾ ਪਹਿਲਾ ਕੁਛ ਐਵੇਂ ਆ ਹੂ ਵਾਸ ਦਾ ਪਾਇਨਰ ਆਫ ਪੰਜਾਬ ਪੰਜਾਬੀ ਸੂਬਾ ਮੂਵਮੈਂਟ ਪੰਜਾਬੀ ਸੂਬਾ ਦਾ ਮੂਵਮੈਂਟ ਦਾ ਪਾਇਨਰ ਕੌਣ ਸੀ ਹੂ ਵਾਸ ਦਾ ਪਾਇਨਰ ਹਾਂਜੀ ਪੰਜਾਬੀ ਸੂਬਾ ਮੂਵਮੈਂਟ ਕਿਹਦੇ ਦੁਆਰਾ ਸਟਾਰਟ ਕੀਤੀ ਗਈ ਕੀ ਸੀ ਪੰਜਾਬੀ ਸੂਬਾ ਮੂਵਮੈਂਟ ਤੋਂ ਪਹਿਲਾਂ ਤਾਂ ਪੰਜਾਬੀ ਸੂਬਾ ਮੂਵਮੈਂਟ ਨੂੰ ਹੀ ਜਲਗ ਥੋੜਾ ਜਿਹਾ ਫਰੋਲ ਲੈਣੇ ਆ ਪੰਜਾਬੀ ਸੂਬਾ ਮੂਵਮੈਂਟ ਹੈ ਕੀ ਸੀ ਕੀ ਪੰਜਾਬ ਦੀ ਲੈਂਗੁਏਜ ਯਾਨੀ ਲੈਂਗੁਏਜ ਦੇ ਆਧਾਰ ਤੇ ਪੰਜਾਬ ਦੀ ਲੈਂਗੁਏਜ ਯਾਨੀ ਪੰਜਾਬੀ ਤੋਂ ਲੈਂਗੁਏਜ ਦੇ ਆਧਾਰ ਤੇ ਯਾਨੀ ਪੰਜਾਬੀ ਦੇ ਆਧਾਰ ਤੇ ਪੰਜਾਬ ਨੂੰ ਅਲੱਗ ਤੋਂ ਇੱਕ ਖੇਤਰ ਦੇਣਾ ਇਹ ਸੀਗਾ ਪੰਜਾਬੀ ਸੂਬਾ ਮੂਵਮੈਂਟ ਕਲੀਅਰ ਔਰ ਪੰਜਾਬੀ ਸੂਬਾ ਮੂਵਮੈਂਟ ਦਾ ਇਹੀ ਰਿਜ਼ਲਟ ਸੀਗਾ ਕਿ 1 ਨਵੰਬਰ 1968 ਦੇ ਵਿੱਚ 1 ਨਵੰਬਰ 1968 ਦੇ ਵਿੱਚ ਪੰਜਾਬ ਦੀ ਟ੍ਰਾਈਫਰਕੇਸ਼ਨ ਹੋ ਗਈ ਜਿਹਦੇ ਵਿੱਚ ਹਿਮਾਚਲ ਪ੍ਰਦੇਸ਼ ਪੰਜਾਬ ਦਾ ਕੁਛ ਏਰੀਆ ਹਿਮਾਚਲ ਪ੍ਰਦੇਸ਼ ਨੂੰ ਹਰਿਆਣਾ ਨਵਾਂ ਸਟੇਟ ਬਣਿਆ ਪੰਜਾਬ ਚੋਂ ਨਿਕਲ ਕਰਕੇ ਔਰ ਪੰਜਾਬ ਨੂੰ ਜਿਹੜਾ ਇਹ ਏਰੀਆ ਦਿੱਤਾ ਗਿਆ ਠੀਕ ਹੈ ਤੋ ਹੂ ਵਾਸ ਅ ਪਾਇਨਰ ਤੇ ਪਾਇਨਰ ਤੇ ਅੱਗੇ ਜਾਣ ਤੋਂ ਪਹਿਲਾਂ ਤੋਂ ਆਪਾਂ ਗੱਲ ਕਰਦੇ ਆ ਕਿ ਪੰਜਾਬੀ ਸੂਬਾ ਮੂਵਮੈਂਟ ਦੇ ਵਿੱਚ ਜਿਹੜਾ ਕਮਿਸ਼ਨ ਬਣਿਆ ਸੀ ਠੀਕ ਹੈ ਪੰਜਾਬੀ ਸੂਬਾ ਮੂਵਮੈਂਟ ਜਿਨ੍ਹਾਂ ਨੇ ਮੂਵਮੈਂਟ ਚਲਾਈ ਉਹਦੇ ਪਰਸਨ ਕਿਹੜੇ-ਕਿਹੜੇ ਸੀ ਦੋ ਪਰਸਨ ਸੀ ਇੱਕ ਸੀਗੇ ਸੰਤ ਫਤੇ ਸਿੰਘ ਠੀਕ ਹੈ ਇੱਕ ਕੌਣ ਸੀ ਸੰਤ ਫਤੇ ਸਿੰਘ ਤੇ ਦੂਸਰੇ ਜਿਹੜੇ ਸੀਗੇ ਦੂਸਰੇ ਜਿਹਦਾ ਨਾਮ ਕੀ ਆ that was the ਮਾਸਟਰ ਤਾਰਾ ਸਿੰਘ ਇਸ ਲਈ ਆਨਸਰ ਕੀ ਆਪਣਾ ਬਿਲਕੁਲ ਕਰੈਕਟ that is a ਮਾਸਟਰ ਤਾਰਾ ਸਿੰਘ ਠੀਕ ਹੈ ਮਾਸਟਰ ਤਾਰਾ ਸਿੰਘ ਓਕੇ ਕਲੀਅਰ ਕੁਐਸਚਨ ਕਲੀਅਰ ਹੈ ਉਹਦੇ ਬਾਅਦ ਪੰਜਾਬੀ ਸੂਬਾ ਮੂਵਮੈਂਟ ਤੋਂ ਬਾਅਦ ਜਦੋਂ 1 ਨਵੰਬਰ 1966 ਦਾ ਜਿਹੜੀ ਪੰਜਾਬ ਰੀਓ ਆਰਗੇਨਾਈਜੇਸ਼ਨ ਬਾਉਂਡਰੀ ਕਮਿਸ਼ਨ ਬੈਠਦਾ ਉਸ ਕਮਿਸ਼ਨ ਨੂੰ ਜਿਹੜਾ ਹੈਡ ਕਰਦਾ ਉਹ ਕੌਣ ਕਰਦਾ ਸ਼ਾ ਹਨ ਆ ਉਸ ਕਮਿਸ਼ਨ ਨੂੰ ਹੈਡ કોਣ ਕਰਦਾ ਹੈ ਸ਼ਾ ਕਮਿਸ਼ਨ ਤੋ ਉਹਨੂੰ ਆਪਾਂ ਕੀ ਕਵਾਂਗੇ ਸ਼ਾ ਕਮਿਸ਼ਨ ਕਿਉਂ ਕਿਉਂਕਿ ਉਹਦਾ ਹੈਡ ਦਾ ਨਾਮ ਕੀ ਹੈ ਜੇ ਸੀ ਸ਼ਾ ਹੈਡ ਦਾ ਨਾਮ ਕੀ ਹੈ ਜੇ ਸੀ ਸ਼ਾ ਔਰ ਇਹਦੇ ਵਿੱਚ ਕਿੰਨੇ ਮੈਂਬਰ ਹੁੰਦੇ ਨੇ ਟੋਟਲ 3 ਮੈਂਬਰ ਹੁੰਦੇ ਨੇ ਆਹ ਹੈਡ ਹੈਡ ਮਤਲਬ ਚੇਅਰਮੈਨ ਹੋ ਗਿਆ ਇਸ ਕਰਕੇ ਉਸ ਕਮਿਸ਼ਨ ਦਾ ਨਾਮ ਕੀ ਹੈ ਸ਼ਾ ਕਮਿਸ਼ਨ ਚੇਅਰਮੈਨ ਸੀ ਜੇ ਸੀ ਸ਼ਾ ਨਾਲ ਦੋ ਪਰਸਨ ਕਿਹੜੇ-ਕਿਹੜੇ ਸੀ ਇੱਕ ਸੀ ਐਸ ਦਤ ਇੱਕ ਸੀ ਐਸ ਦਤ ਦੂਸਰੇ ਇੱਕ ਐਸ ਦਾ ਤਾਂ ਕਿ ਦੂਸਰੇ ਐਮ ਐਮ ਫਿਲਿਪਸ ਐਮ ਐਮ ਫਿਲਿਪਸ ਆਪਾਂ ਇਸ ਕੁਐਸਚਨ ਦੇ ਨਾਲ ਪੰਜਾਬੀ ਸੂਬਾ ਮੂਵਮੈਂਟ ਉਹ ਵੀ ਪੂਰਾ ਕਵਰ ਕਰ ਲਿਆ ਕੰਮ ਕੀ ਸੀ ਪੰਜਾਬੀ ਸੂਬਾ ਮੂਵਮੈਂਟ ਦਾ ਕਿ ਪੰਜਾਬ ਦੀ ਲੈਂਗੁਏਜ ਯਾਨੀ ਪੰਜਾਬੀ ਦੇ ਆਧਾਰ ਤੇ ਜਿਹੜੀ ਵੰਡ ਕਰਾਣਾ ਔਰ ਯਾਨੀ ਉਹ ਖੇਤਰ ਹੈ ਜਿੱਥੇ ਪੰਜਾਬੀ ਜ਼ਿਆਦਾ ਬੋਲੀ ਜਾਂਦੀ ਹੈ ਉਹ ਖੇਤਰ ਜਿਹੜਾ ਪੰਜਾਬ ਅਲੱਗ ਤੋਂ ਬਣਾ ਦਿੱਤਾ ਜਾਏ ਠੀਕ ਹੈ ਦੂਸਰਾ ਕੁਐਸਚਨ ਆਪਾਂ ਕਰ ਲਿਆ ਸ਼ਾ ਕਮਿਸ਼ਨ ਤੇ 3 ਨਵੰਬਰ ਸੀ ਜੇਸੀ ਸ਼ਾ ਐਸ ਦੇ ਉੱਤੇ ਐਮ ਐਮ ਫਿਲਿਪਸ ਓਕੇ ਅਗਲਾ ਕੁਸ਼ਣ ਕੀ ਕਰ ਲਿਆ ਤਾਰਾ ਸਿੰਘ ਜੀ ਦੇ ਨਾਲ ਕੌਣ ਸੀ ਸੰਤ ਫਤੇ ਸਿੰਘ ਅਗਲੇ ਕੁਸ਼ਣ ਤੇ ਚੱਲੀਏ ਫਿਰ ਹੁਣ ਜਲਦੀ ਜਲਦੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਫਸਟ ਆਫ ਆਲ ਸੈਸ਼ਨ ਨੂੰ ਜਲਦੀ ਜਲਦੀ ਸ਼ੇਅਰ ਕਰੋ ਔਰ ਕਲਾਸ ਨੂੰ ਜਲਦੀ ਜਲਦੀ ਸ਼ੇਅਰ ਕਰੋ ਅਗਲੇ ਫਿਰ ਆਪਾਂ ਕੁਸ਼ਣ ਤੇ ਚੱਲਦੇ ਹਾਂ ਅਗਲਾ ਕੁਸ਼ਣ ਦੇਖਦੇ ਹਾਂ ਕੀ ਹੈ ਆ ਕੁਸ਼ਣ ਦੇਖਦੇ ਹਾਂ ਇਹਦਾ ਕੌਣ ਆਨਸਰ ਦਿੰਦਾ ਪਰਫੈਕਟ ਆਨਸਰ ਇਹਦਾ ਕੌਣ ਦਿੰਦਾ ਹੱਲੇ ਤੱਕ ਤਾਂ ਇੱਕੋ ਹੀ ਕੁਸ਼ਣ ਹੋਇਆ ਪੰਜਾਬੀ ਸੂਬਾ ਮੂਵਮੈਂਟ ਉਹੀ ਕੁਸ਼ਣ ਹੋਇਆ ਤਾਂ ਟਾਈਮ ਸੀ ਕਲਾਸ ਦੇ ਵਿੱਚ ਆਜਿਆ ਕਰੋ ਹੈਨਾ ਔਰ ਕਲਾਸ ਨੂੰ ਜਲਦੀ ਤੋਂ ਜਲਦੀ ਲਾਈਕ ਵੀ ਕਰ ਦਿਓ ਔਰ ਸ਼ੇਅਰ ਵੀ ਕਰ ਦਿਓ ਲਾਈਕ ਤੇ ਸ਼ੇਅਰ ਅਬ ਤੁਸੀਂ ਕਹੋਗੇ ਸਰ ਬਾਰ ਬਾਰ ਕਹਿੰਦੇ ਰਹਿੰਦੇ ਕਹਿਣਾ ਨਹੀਂ ਕਹਿਣਾ ਹੀ ਹੈ ਕਿਉਂ ਨਹੀਂ ਕਹਿਣਾ ਮਿਹਨਤ ਨਹੀਂ ਕੀਤੀ ਕਾਦੇ ਵਾਸਤੇ ਕੀਤੀ ਹੈ ਇਹ ਕਿ ਤੁਸੀਂ ਸਾਨੂੰ ਐਪਰੀਸ਼ੀਏਟ ਕਰੋ ਤੁਹਾਡੀ ਐਪਰੀਸ਼ੀਏਸ਼ਨ ਵਾਸਤੇ ਔਰ ਲਾਈਕ ਸ਼ੇਅਰ ਨਾਲ ਸਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆਂ ਅਗਲਾ ਕੁਐਸਚਨ ਆਹ ਕੁਐਸਚਨ ਬਹੁਤ ਤਗੜਾ ਕੁਐਸਚਨ ਹੈ ਸਿਰੇ ਦਾ ਕੁਐਸਚਨ ਵੈਨ ਪੰਜਾਬ ਕਲਚਰ ਡੇ also known as punjabi culture day celebrated ਆਹ ਡੇ ਕਿਸ ਦਿਨ ਸੈਲੀਬ੍ਰੇਟ ਕੀਤਾ ਜਾਂਦਾ ਹੈ ਹੁਣ ਇਹਦੇ ਵਿੱਚ ਧਮਾਕੇਦਾਰ ਕੀ ਆ অপਸ਼ਨਾਂ অপਸ਼ਨਾਂ ਦੇ ਵਿੱਚ ਉਹ ਆਪਸ਼ਨ ਲਿਖਿਆ ਹੋਈਆਂ ਆ 1 ਨਵੰਬਰ ਦਾ ਡੇਟ ਆ ਗਈ 1 ਨਵੰਬਰ 1966 ਜਦੋਂ ਪੰਜਾਬ ਬਣਿਆ ਸੀ ਠੀਕ ਹੈ ਆ 13 April ਨੂੰ ਬਸਾਖੀ ਹੁੰਦੀ ਆ ਆ ਬਸਾਖੀ ਦਾ ਦਿਨ ਆ ਗਿਆ ਠੀਕ ਹੈ ਓਕੇ ਤੋਂ ਕੀ ਆਨਸਰ ਲਾਈਏ ਹੁਣ ਆਨਸਰ ਕੀ ਲਾਈਏ ਇਹ ਆਨਸਰ ਨਹੀਂ ਹੈਗੇ ਇਹ ਮੈਂ ਸਿਰਫ ਦੱਸੇ ਹੀ ਹਾਂ ਲਈ ਅਨਸਰਾਂ ਕਿ ਦੇ ਸੋਚ ਲੇ ਬੈਠੀ ਹੋ ਅਨਸਰ ਕੀ ਆ ਜੂਗਾ ਦੇਖਦੇ ਕੀ ਕੀ ਅਨਸਰ ਆਂਦਾ ਮੈਨੂੰ ਪਤਾ ਸੀਗਾ ਇਸ ਕੁਐਸਚਨ ਦਾ ਅਨਸਰ ਬਹੁਤ ਸਾਰੇ ਬੱਚਿਆਂ ਨੂੰ ਨਹੀਂ ਆਣਾ ਅਗਰ ਪੇਪਰ ਦੇ ਵਿੱਚ ਐਵੇਂ ਦਾ ਕੁਐਸਚਨ ਆ ਗਿਆ ਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕੁਐਸਚਨ ਕੋਈ ਐਸਾ ਰਹਿਣ ਨਾ ਦਵਾਂਗਾ ਜਿਹੜਾ ਕਿ ਪੇਪਰ ਦੇ ਵਿੱਚ ਆ ਜਾਏ ਔਰ ਸਾਡੇ ਹੱਥਾਂ ਤੋਂ ਨਾ ਨਿਕਲਿਆ ਪਹਿਲਾਂ ਹੀ ਕਿਹਾ ਸੀਗਾ ਤਾਂ ਦੇਖ ਲੈਣਾ ਕਲਾਸਾਂ ਸਾਰੇ ਦੇਖ ਲਿਆ ਕਰੋ ਲਾਈਵ ਦੇਖ ਲਓ ਕਿਉਂਕਿ ਜੇ ਜਦੋਂ ਆਪਾਂ ਲਾਈਵ ਕਲਾਸ ਨਹੀਂ ਨਾ ਦੇਖਦੇ ਸਾਡੇ ਦਿਮਾਗ ਤੇ ਇੱਕ ਬਰਡਨ ਬਣ ਜਾਂਦਾ ਇੰਨੀਆਂ ਸਾਰੀਆਂ ਕਲਾਸਾਂ ਪਈਆਂ ਉਹ ਸਾਈਆਂ ਕਲਾਸਾਂ ਦੇਖਣ ਵਾਲੀਆਂ ਫਲਾਣਾ ਟੀਂਗੜਾ ਲਾਈਵ ਕਲਾਸਾਂ ਦੇਖੋ ਕਿਉਂਕਿ ਜਦੋਂ ਆਪਾਂ ਲਾਈਵ ਕਲਾਸਾਂ ਵੇਖਦੇ ਆ ਇੱਕ ਤਾਂ ਇੱਕ ਕੰਟੀਨਿਟੀ ਬਣ ਜਾਂਦੀ ਹੈ ਡੇਲੀ 9 ਵਜੇ ਬੈਠ ਕੇ ਕਲਾਸ ਦੇਖਣੀ ਆ ਜਦੋਂ ਆਪਾਂ ਇਸੋ ਲੈਣਾ ਰਿਕਾਰਡਡ ਦੇਖ ਲਾਂਗੇ ਬਾਅਦੋਂ ਦੇਖਣ ਦਾ ਟਾਈਮ ਨਹੀਂ ਮਿਲਦਾ ਉਹਦੇ ਵਿੱਚ ਹੋਰ ਕੰਮ ਕਰ ਲਿਓ ਠੀਕ ਹੈ ਚਲੋ ਜੀ ਦੀ ਤਿਆਰੀ ਵੀ ਕਰਵਾਉਂਗੇ ਜੀ ਜੀ ਬਿਲਕੁਲ ਕਰਾਵਾਂਗੇ ਪੀਪੀਐਸਸੀ ਕੋਆਪਰੇਟਿਵ ਸੁਸਾਇਟੀ ਇਨਸਪੈਕਟਰ ਦੀ ਤਿਆਰੀ ਵੀ ਪੂਰੀ ਕਰਾਵਾਂਗੇ ਤੋਂ ਇਹਦੇ ਵਿੱਚ ਆਨਸਰ ਜਿਹੜਾ ਆਪਣੇ ਕੋਲ ਨਾ ਹੀ 13 April ਨਾ ਹੀ 1 November ਆਨਸਰ ਹੈਗਾ 14 April ਕਿਉਂ ਕਿਉਂਕਿ 14 April ਨੂੰ ਨਵਾਂ ਜਿਹੜਾ ਮਹੀਨਾ ਸ਼ੁਰੂ ਹੁੰਦਾ ਚੇਤ ਮਹੀਨਾ ਇਸ ਕਰਕੇ ਇਹਦਾ ਆਨਸਰ ਕੀ ਹੈ 14 April ਅਣੀ ਸੋਰੀ ਠੀਕ ਹੈ ਠੀਕ ਹੈ ਆਨਸਰ ਕੀ ਆਏਗਾ 14 April ਅ ਸਰ ਟਾਈਮ ਚਲੋ ਜੀ ਚਲੋ ਇਹਨੂੰ ਜਲਦੀ ਜਲਦੀ ਜਿਹੜਾ ਸ਼ੇਅਰ ਕਰ ਦਿਓ ਕਲਾਸ ਨੂੰ ਆਨਸਰ ਇੱਥੇ 14 April ਮਾਰਕ ਕਰ ਲਿਓ ਕਦੇ ਵੀ ਪੰਜਾਬੀ ਕਲਚਰ ਡੇ ਆਜੇ 14 April ਨੂੰ ਮਨਾਇਆ ਜਾਂਦਾ ਤੋ ਇਹ ਯਾਨੀ ਜਦੋਂ ਆਪਾਂ ਉਹ ਵੀ ਕਹਿਦੇ ਨੇ ਨਾ ਅਗਲੇ ਦਿਨ ਪਹਿਲੇ ਦਿਨ ਜਦੋਂ ਵਿਸਾਖੀ ਹੁੰਦੀ ਹੈ ਅਗਲੇ ਦਿਨ ਸਾਰੇ ਜਿਹੜਾ ਡੇ ਆ ਉਹ ਮਨਾਉਂਦੇ ਵੀ ਆ ਅ ਸਰ ਮੇਰੇ ਮੈਸੇਜ ਦਾ ਰਿਪਲਾਈ ਕਰ ਦਿਓ ਨਵਲ ਜੋਤੀ ਮੈਂ ਤੁਹਾਡਾ ਮੈਸੇਜ ਪੜਿਆ ਨਹੀਂ ਪਤਾ ਨਹੀਂ ਲੱਗਾ ਕੀ ਪੁੱਛਿਆ ਸੀ ਤੁਸੀਂ ਠੀਕ ਹੈ ਚਲੋ ਜੀ ਅਗਲੇ ਅਗਲੇ ਕੁਐਸਚਨ ਤੇ ਚਲੀਏ 9 ਸਾਲ ਦਾ ਪੰਜਾਬੀ ਸਾਲ ਦਾ ਪਹਿਲਾ ਦਿਨ ਉਹ ਆਪਾਂ ਸੈਲੀਬ੍ਰੇਟ ਕਰਦੇ ਆਂ ਪੰਜਾਬੀ ਕਲਚਰਲੀ ਕੁਐਸਚਨ ਅਗਲਾ ਆ ਗਿਆ ਪਾਇਨਰ ਆਫ ਪੰਜਾਬੀ ਨੋਵਲ ਕਿਨੂੰ ਕਿਹਾ ਜਾਂਦਾ ਪੰਜਾਬੀ ਨੋਵਲ ਦਾ ਪਾਇਨਰ ਕਿਨੂੰ ਕਿਹਾ ਜਾਂਦਾ ਐਦਾਂ ਦਾ ਆਪਾਂ ਬੜੀ ਬੜੀ ਕੁਐਸਚਨ ਕੀਤੇ ਆ ਪੰਜਾਬੀ ਸਾਹਿਤ ਤੇ ਬਹੁਤ ਕੁਐਸਚਨ ਕੀਤੇ ਸੀ ਆਇਆ ਨਾ ਨਵਾਂ ਕੁਐਸਚਨ ਐਵੇਂ ਬਣ ਜਾਂਦੇ ਨਵੇਂ ਕੁਐਸਚਨ ਤਾਂ ਜਲਦੀ ਜਲਦੀ ਪਾਇਨਰ ਪੰਜਾਬੀ ਲਿਟਰੇਚਰ ਦਾ ਕਿ ਲਿਟਰੇਚਰ ਨਹੀਂ ਆ ਕੀ ਆ ਇਹ ਨੋਵਲ ਨਾਟ ਲਿਟਰੇਚਰ ਨੋਵਲ ਨੋਵਲਾਂ ਦਾ ਪੁਆਇੰਟ ਯਾਨੀ ਨੋਵਲ ਲਿਖਣਾ ਲਿਖਣ ਦੀ ਗੱਲ ਕਰੀਏ ਕਿੰਨੇ ਬਹੁਤ ਜ਼ਿਆਦਾ ਮਹਾਰਤ ਪ੍ਰਾਪਤ ਕਰ ਲਈ ਆਪਸ਼ਨ ਆਪਣੇ ਕੋਲ ਕਾਫੀ ਸਾਰੀਆਂ ਨੇ ਔਰ ਕਾਫੀ ਬੱਚੇ ਚ ਕਨਫਿਊਜ਼ ਹੈ ਭਾਈ ਵੀਰ ਸਿੰਘ ਨੂੰ ਲੈ ਕੇ ਤੇ ਨਾਨਕ ਸਿੰਘ ਨੂੰ ਲੈ ਕੇ ਮੈਨੂੰ ਪਤਾ ਬਹੁਤ ਜ਼ਿਆਦਾ ਬੱਚੇ ਜਿਹੜੇ ਕਨਫਿਊਜ਼ ਨੇ ਕਲਾਸ ਵਿੱਚ ਵੀਡੀਓ ਸ਼ੋ ਨਹੀਂ ਹੋ ਰਹੀਆਂ ਤੇ سپورਟ @data247 ਤੇ ਮੀਲ ਕਰੋ ਆਨਸਰ ਜਿਹੜਾ A ਆਪਸ਼ਨ ਬਿਲਕੁਲ ਕਰੈਕਟ ਹੈ ਨਾਨਕ ਸਿੰਘ ਨੂੰ ਹੀ ਪਾਇਨਰ ਆਫ ਦਾ ਪੰਜਾਬੀ ਨੋਵਲ ਵੀ ਕਿਹਾ ਜਾਂਦਾ ਹੈ ਨਾਨਕ ਸਿੰਘ ਜਿਨ੍ਹਾਂ ਦਾ ਨਾਮ ਕੀ ਸੀ ਹੰਸ ਰਾਜ ਨਾਮ ਕੀ ਸੀ ਇਹਨਾਂ ਦਾ ਹੰਸ ਰਾਜ ਕਿਤਾਬਾਂ ਇਹਨਾਂ ਦੁਆਰਾ ਬਹੁਤ ਵਧੀਆ-ਵਧੀਆ ਲਿਖੀਆਂ ਗਈਆਂ ਕਿਸ ਤਰ੍ਹਾਂ ਚਿੱਟਾ ਲਹੂ ਇਹਨਾਂ ਦੀ ਕਿਤਾਬ ਸੀ ਚਿੱਟਾ ਲਹੂ ਇਹਨਾਂ ਦੀ ਇਹਨਾਂ ਦੀ ਕਿਤਾਬ ਸੀ ਠੀਕ ਹੈ ਖੂਨ ਦੀ ਵਿਸਾਖੀ ਖੂਨੀ ਵਿਸਾਖੀ ਖੂਨੀ ਅਵੇਸਾਖੀ ਇਹਨਾਂ ਦੀ ਕਿਤਾਬ ਸੀ ਖੂਨ ਦੇ ਸੋਹੀਲੇ ਇਹਨਾਂ ਦੀ ਕਿਤਾਬ ਸੀ ਇਹਨਾਂ ਲਵ ਮੈਰਿਜ ਇਹਨਾਂ ਦੀ ਕਿਤਾਬ ਸੀ ਲਵ ਮੈਰਿਜ ਇਹਨਾਂ ਦੀ ਕਿਤਾਬ ਸੀ ਬਹੁਤ ਸਾਰੀਆਂ ਕਹਾਣੀਆਂ ਇਹਨਾਂ ਨੇ ਲਿਖੀਆਂ ਠੀਕ ਹੈ ਬਟ ਇਹਨਾਂ ਨੂੰ ਜਿਹੜਾ ਸਹਿਿਤਿਆ ਅਕੈਡਮੀ ਅਵਾਰਡ ਕਿਸ ਕਿਸ ਕਿਤਾਬ ਕਰਕੇ ਮਿਲਿਆ ਸੀਗਾ ਨਾਨਕ ਸਿੰਘ ਜੀ ਨੂੰ ਸਹਿਿਤਿਆ ਅਕੈਡਮੀ ਅਵਾਰਡ ਜਲਦੀ ਜਲਦੀ ਆਨਸਰ ਕਰਨਾ ਕਿਸ ਬੁੱਕ ਕਰਕੇ ਮਿਲਿਆ ਸੀ ਹੰਸ ਰਾਜ ਇਹਨਾਂ ਦਾ ਇਹਨਾਂ ਦਾ ਨਾਮ ਸੀਗਾ ਪੁਰਾਣਾ ਨਾਮ ਬਚਪਨ ਦਾ ਨਾਮ ਪਵਿੱਤਰ ਪਾਪੀ ਵੈਰੀ ਗੁੱਡ ਇੱਕ ਬੁੱਕ ਸੀਗੀ ਪਵਿੱਤਰ ਪਾਪੀ ਵੀ ਪਵਿੱਤਰ ਪਾਪੀ ਵੈਰੀ ਗੁੱਡ ਸ਼ਾਬਾਸ਼ ਕੀ ਬਾਤ ਹੈ ਪਵਿੱਤਰ ਪਾਪੀ ਇਹਨਾਂ ਦੀ ਬੁੱਕ ਸੀ ਵੈਰੀ ਗੁੱਡ ਲਵ ਮੈਰਿਜ ਆ ਗਈ ਖੂਨੀ ਵਿਸਾਖੀ ਚਿੱਟਾ ਲਹੂ ਇਹ ਸਾਰੀਆਂ ਇੰਪੋਰਟੈਂਟ ਕਿਤਾਬਾਂ ਨੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਇੰਪੋਰਟੈਂਟ ਕਿਤਾਬਾਂ ਨੇ ਇਹਨਾਂ ਵਿੱਚੋਂ ਕੁਐਸਚਨ ਕਿਤੇ ਨਾ ਕਿਤੇ ਆ ਜਾਂਦੇ ਹੁੰਦੇ ਨੇ ਹਾਂਜੀ ਅੱਗ ਦੀ ਖੇਡ ਤੇ ਇਹਨਾਂ ਦੀ ਜਿਹੜੀ ਕਿਤਾਬ ਜਿਹਦੇ ਜਿਹਦੇ ਕਰਕੇ ਇਹਨਾਂ ਨੂੰ ਅਵਾਰਡ ਮਿਲਿਆ ਉਸ ਕਿਤਾਬ ਦਾ ਨਾਮ ਲੈਣਾ ਹੁਣ ਮੈਂ ਬਹੁਤ ਵਾਰੀ ਕਰਾਇਆ 1962 ਦੇ ਵਿੱਚ ਇਹਨਾਂ ਨੂੰ ਅਵਾਰਡ ਮਿਲਿਆ ਸੀਗਾ ਕਿਸ ਬੁੱਕ ਕਰਕੇ ਮਿਲਿਆ ਸੀਗਾ 1962 ਦੇ ਵਿੱਚ ਬਹੁਤ ਵਾਰੀ ਕਰਵਾਇਆ ਇਹ ਮੈਂ ਇੱਕ ਮਿਆਨ ਦੋ ਤਲਵਾਰਾਂ ਕਦੋਂ ਮਿਲਿਆ 1962 ਦੇ ਵਿੱਚ ਇਹਨਾਂ ਨੂੰ ਕਿਤਾਬ ਨੂੰ ਮਿਲਿਆ ਸੀਗਾ 1967 ਦੇ ਵਿੱਚ ਲੂਨਾ ਵਾਲੀ ਕਿਤਾਬ ਨੂੰ ਮਿਲਿਆ ਸੀਗਾ 1962 ਦੇ ਵਿੱਚ ਇਹਨਾਂ ਨੂੰ ਮਿਲਿਆ ਸੀਗਾ ਕਿਤਾਬ ਦਾ ਨਾਮ ਹੈ ਇੱਕ ਮਿਆਨ ਦੋ ਤਲਵਾਰਾਂ ਮਿਆਨ ਦੋ ਤਲਵਾਰਾਂ ਠੀਕ ਹੈ ਸਾਰੀਆਂ ਗਦਾਬਾਂ ਮਲੇਖ ਛੜੀਆਂ ਨਾਨਕ ਸਿੰਘ ਦੀਆਂ ਸਾਰੀਆਂ ਗਦਾਬਾਂ ਲਿਖਤੀਆਂ ਚਿੱਟਾ ਲਹੂ ਖੂਨੀ ਵਿਸਾਖੀ ਲਵ ਮੈਰਿਜ ਪਵਿੱਤਰ ਪਾਪੀ ਠੀਕ ਹੈ ਹੰਸ ਰਾਜ ਇਹਨਾਂ ਦਾ ਪਹਿਲਾ ਨਾਮ ਸੀਗਾ ਇੱਕ ਮਿਆਂ ਦੋ ਕਤਲਵਾਰਾ ਕਰਕੇ ਇਹਨਾਂ ਨੂੰ ਜਿਹੜਾ ਅਵਾਰਡ ਮਿਲਿਆ ਅਗਲੇ ਅੱਗੇ ਚਲੀਏ ਫਿਰ ਅਗਲੀ ਸਲਾਈਡ ਤੇ ਚੱਲ ਜੀਏ ਚਲੋ ਜੀ ਨੈਕਸਟ ਦੇਖਦੇ ਹਾਂ ਅਗਲਾ ਕੁਐਸਚਨ ਕੀ ਹੈ ਅੱਛਾ ਇਹ ਤਾਂ ਆਨਸਰ ਆ ਗਿਆ ਆਪਣਾ ਚਲੋ ਅਗਲਾ ਕੁਐਸਚਨ ਦੇਖਦੇ ਹਾਂ ਹੂ ਵਾਸ ਦਾ ਪਾਇਨੀਅਰ ਆਫ ਪੰਜਾਬੀ ਲਿਟਰੇਰੀ ਟਰੈਡੀਸ਼ਨ ਬਹੁਤ ਵਧੀਆ ਕੁਐਸਚਨ ਹੈ ਯਾਰ ਅਲਟੀਮੇਟ ਕੁਐਸਚਨ who was a pioneer of the punjabi literary tradition tradition ਜਿਹੜਾ ਲਿਟਰੇਰੀ ਵਾਲਾ ਕਿੰਨੇ ਸ਼ੁਰੂ ਕਰ ਦਿੱਤਾ ਅੱਜ ਕਿਹਨੂੰ ਕਵਾਂਗੇ ਕੀ ਨਾਮ ਲਵਾਂਗੇ ਇਹਦੇ ਵਿੱਚ ਗੰਗਾ ਜਲ ਵਿੱਚ ਸ਼ਬਾਬ ਇਹ ਵੀ ਜਿਹੜੀ ਨਾਨਕ ਸਿੰਘ ਦੀ ਕਿਤਾਬ ਸੀ ਵੈਰੀ ਗੁੱਡ ਸ਼ਾਬਾਸ਼ ਜੋੜੀ ਜਾ ਠੀਕ ਹੈ ਤਾਂ ਇਹਦਾ ਆਨਸਰ ਹੈ ਤਾਂ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦਾ ਬੈਚ ਕਦੋਂ ਸਟਾਰਟ ਹੋਊਗਾ ਉਹ ਜਲਦ ਸਟਾਰਟ ਹੋ ਜਾਏਗਾ ਆਲਮਜੀਤ ਡੋਨਟ ਵਰੀ ਹਾਂਜੀ ਪਹਿਲਾਂ ਤਾਂ ਸੈਸ਼ਨ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਔਰ ਇਹਦਾ ਆਨਸਰ ਜਿਹੜਾ ਕਰ ਦਿਓ ਤੋ ਕਾਫੀ ਸਾਰੇ ਬੱਚੇ ਆਨਸਰ ਜਿਹੜਾ ਇਹਦਾ ਗਲਤ ਦੇ ਰਹੇ ਨੇ ਬਹੁਤ ਸਾਰੇ ਬੱਚਿਆਂ ਨੇ ਆਨਸਰ ਗਲਤ ਕੀਤਾ ਦੇਖੋ ਪੰਜਾਬੀ ਲਿਟਰੇਰੀ ਟ੍ਰੈਡੀਸ਼ਨ ਦਾ ਜਿਹੜਾ ਉਹ ਜਿਹੜਾ ਪਾਇਨਰ ਹੈ ਉਹ ਕਿਹਨੂੰ ਕਿਹਾ ਜਾਂਦਾ ਬੁੱਲੇ ਸ਼ਾਹ ਨੂੰ ਉਹ ਬੁੱਲੇ ਸ਼ਾਹ ਨੂੰ ਕਿਹਾ ਜਾਂਦਾ ਹੈ ਹਾਂ ਜੇ ਫਿਰ ਆਪਾਂ ਫਾਊਂਡਰ ਦੀ ਗੱਲ ਕਰਦੀਏ ਜਾਂ ਕੀ ਕਹਿੰਦੇ ਆ ਕੀ ਕਹਿੰਦੇ ਆ ਜਿਹੜਾ ਲਿਟਰੇਚਰ ਪੰਜਾਬੀ ਕਿੱਥੋਂ ਦੀ ਸ਼ੁਰੂ ਹੋਇਆ ਠੀਕ ਹੈ ਉਹ ਆਪਾਂ ਗੱਲ ਕਰੀਏ ਬਾਬਾ ਫਰੀਦ ਤੋਂ ਸ਼ੁਰੂ ਹੋਇਆ ਜਿਸ ਤਰ੍ਹਾਂ ਮੈਂ ਤੁਹਾਨੂੰ ਕਰਾਇਆ ਬਟ ਪਾਇਨੀਅਰ ਆਫ ਪੰਜਾਬੀ ਲਿਟਰੇਰੀ ਟਰੈਡੀਸ਼ਨ ਦੀ ਗੱਲ ਕਰ ਲਈਏ ਇੱਕ ਟਰੈਡੀਸ਼ਨ ਜਾਨੀ ਕਾਫੀਆਂ ਫਾਰਮ ਕਾਫੀਆਂ ਕਾਫੀਆਂ ਫਾਰਮ ਹਾਸ਼ਮ ਸ਼ਾਹ ਦੇ ਦੁਆਰਾ ਹੈ ਨਾ ਠੀਕ ਹੈ ਕਾਫੀਆਂ ਫਾਰਮ ਇਹਨਾਂ ਨੇ ਕਾਫੀਆਂ ਫਾਰਮ ਦੇ ਵਿੱਚ ਬੁੱਲੇ ਸ਼ਾਹ ਨੇ ਜਿਹੜਾ ਕਾਫੀਆਂ ਫਾਰਮ ਦੇ ਵਿੱਚ ਲਿਖਿਆ ਸੀਗਾ ਠੀਕ ਹੈ ਬੁੱਲੇ ਸ਼ਾਹ ਥਿਆ ਆਨਸਰ ਆਪਣਾ ਔਰ ਬੁੱਲੇ ਸ਼ਾਹ ਦੁਆਰਾ ਕੀ ਕੀ ਲਿਖਿਆਗਾ ਕਿਹੜੇ ਕਿਹੜੇ ਕਿਤਾਬਾਂ ਲਿਖੀਆਂ ਗਈਆਂ ਧਿਆਨ ਨਾਲ ਸੁੰਨਾ ਯਾਦ ਕਿਸ ਤਰ੍ਹਾਂ ਰੱਖਣੀ ਹੈ ਠੀਕ ਹੈ ਮੱਕੇ ਗਿਆ ਗੱਲ ਮੁੱਕਦੀ ਨਹੀਂ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਆ ਮੱਕੇ ਗਿਆ ਗੱਲ ਮੁੱਕਦੀ ਨਹੀਂ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਆ ਓਕੇ ਇਸ਼ਕ ਦੀ ਨਵੀਂ-ਨਵੀਂ ਬਹਾਰ ਮੈਂ ਜਾਣਾ ਜੋਗੀ ਦੇ ਨਾਲ ਮੈਂ ਜਾਣਾ ਜੋਗੀ ਦੇ ਨਾਲ ਬੁੱਲਾ ਕੀ ਜਾਣਾ ਮੈਂ ਕੌਣ ਆ ਸਾਰੀਆਂ ਜਿਹੜੀਆਂ ਕਿਤਾਬਾਂ ਇਹਨਾਂ ਦੀਆਂ ਸੀਗੀਆਂ ਮੈਂ ਸਾਰੀਆਂ ਜੋੜ ਦਿੱਤੀਆਂ ਇੱਕ ਮੱਕੇ ਦੀ ਗੱਲ ਮੁੱਕਦੀ ਨਹੀਂ ਇੱਕ ਕਿਤਾਬ ਇੱਕ ਨੁਕਤੇ ਦੇ ਵਿੱਚ ਗੱਲ ਮੁੱਕਦੀ ਹੈ ਦੂਸਰੀ ਕਿਤਾਬ ਤੀਸਰੀ ਕਿਤਾਬ ਮੈਂ ਇਸ਼ਕ ਦੀ ਨਵੀਂ ਨਵੀਂ ਬਹਾਰ ਉਹਦੇ ਬਾਅਦ ਜਿਹੜੀ ਆ ਜਾਂਦੀ ਹੈ ਥੈਟ ਇਜ਼ ਆ ਮੈਂ ਜਾਣਾ ਜੋਗੀ ਦੇ ਨਾਲ ਉਹਦੇ ਬਾਅਦ ਜਿਹੜੀ ਕਿਤਾਬ ਆ ਜਾਂਦੀ ਹੈ ਥੈਟ ਇਜ਼ ਦਾ ਜਿਹੜੀ ਆਮ ਤੌਰ ਤੇ ਆਪਾਂ ਬੁੱਲਾ ਕੀ ਜਾਣਾ ਮੈਂ ਕੌਣ ਠੀਕ ਹੈ ਇਹ ਸਾਰੀਆਂ ਕਿਤਾਬਾਂ ਕਿਹਦੇ ਦੁਆਰਾ ਲਿਖੀਆਂ ਗਈਆਂ ਬੁੱਲੇ ਸ਼ਾਹ ਦੇ ਦੁਆਰਾ ਲਿਖੀਆਂ ਗਈਆਂ ਠੀਕ ਹੈ ਕਾਫੀ ਫੋਮ ਹਾਂ ਮੈਂ ਇੱਥੇ ਰੁਕ ਗਿਆ ਸੀਗਾ ਨੋਟ ਹਾਸ਼ਮ ਸ਼ਾਹ ਥੈਟ ਵਾਸ ਦਾ ਸ਼ਾਹ ਹੁਸੈਨ ਠੀਕ ਹੈ शाह हुसैन काफी फॉर्म है जड़ा हु वाज द शाह हुसैन ने की ਦਿੱਤਾ ਸੀਗਾ कॉफी काफी काफी फॉर्म ऑफ म्यूजिक ਹੈ ਕਹਿ ਦਿੰਨੇ ਆ ਜਾਂ ਜਿਹੜਾ ਲਿਟਰੇਰੀ ਵਰਕ ਕਹਿ ਦਿੰਨੇ ਆ ਉਹ ਜਿਹੜਾ शाह हुसैन ਦੇ ਦੁਆਰਾ ਜਿਹੜਾ ਦਿੱਤਾ ਗਿਆ ਸੀ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆ ਹੂ वाज द ਪਾਇਨਰ ਆਫ ਦਾ ਪੰਜਾਬੀ ਲਿਟਰੇਚਰ ਇਹਦਾ ਆਨਸਰ ਤਾਂ ਹੋ ਗਿਆ ਨਾਈਟਿੰਗਲ ਯਾਨੀ ਪੰਜਾਬ ਦੀ ਕੋਇਲ ਕਿਨੂੰ ਕਿਹਾ ਜਾਂਦਾ ਕੋਇਲ ਆਫ ਪੰਜਾਬ ਪੰਜਾਬ ਦੀ ਕੋਇਲ ਕਿਨੂੰ ਕਿਹਾ ਜਾਂਦਾ ਵਿਚ ਵਨ ਆਫ ਦਾ ਫਾਲੋਇੰਗ ਇਜ਼ ਦਾ ਕੋਇਲ ਆਫ ਦਾ ਪੰਜਾਬ किरण बेदी क्या पंजाब दी कोयल है नहीं है ना जगमोहन कौर नहीं सुरिंदर पता नहीं गुरमीत पता नहीं कि ਤੁਸੀਂ ਆਨਸਰ ਦਿਓ ਫਿਰ ਕੀ ਆਨਸਰ ਹੋਊਗਾ ਔਰ ਯਾਰ ਸੈਸ਼ਨ ਨੂੰ ਸ਼ੇਅਰ ਕਰੋ ਜਲਦੀ ਜਲਦੀ ਸੈਸ਼ਨ ਨੂੰ ਸ਼ੇਅਰ ਜਰੂਰ ਕਰਿਆ ਕਰੋ ਐਵੇਂ ਮਜ਼ਾ ਨਹੀਂ ਆਉਂਦਾ ਮੈਨੂੰ ਵੀ ਪੜਾਣ ਦਾ ਹਾਂਜੀ ਤੋ ਪੰਜਾਬ ਦੀ ਕੋਇਲ ਕਿਨੂੰ ਕਿਹਾ ਜਾਂਦਾ ਹੈ ਪੰਜਾਬ ਦੀ ਕੋਇਲ ਸੁਰਿੰਦਰ ਕੋਰ ਨੂੰ ਕਿਹਾ ਜਾਂਦਾ ਹੈ ਤੋ ਕਰੈਕਟ ਆਪਸ਼ਨ ਕੀ ਹੈ 댓 ਇਜ਼ ਸੁਰਿੰਦਰ ਕੋਰ ਕੋਇਲ ਆਫ ਦਾ ਪੰਜਾਬ ਨਾਈਟਿੰਗੇਲ ਆਫ ਦਾ ਪੰਜਾਬ ਪੰਜਾਬ ਦੀ ਕੋਇਲ ਸੁਰਿੰਦਰ ਕੋਰ ਔਰ ਆਈ ਥਿੰਕ 2006 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਠੀਕ ਹੈ ਉਹਦੇ ਬਾਅਦ ਆਪਾਂ ਗੱਲ ਕਰਦੇ ਹਾਂ ਪਹਿਲੀ ਲੇਡੀ ਜਿਹੜੀ ਕਿ ਡਿਪਟੀ ਕਮਿਸ਼ਨਰ ਬਣੀ ਪੰਜਾਬ ਦੀ ਫਰਸਟ ਲੇਡੀ ਡਿਪਟੀ ਕਮਿਸ਼ਨਰ ਆਫ ਦਾ ਪੰਜਾਬ ਪਹਿਲੀ ਲੇਡੀ ਡਿਪਟੀ ਕਮਿਸ਼ਨਰ ਪੰਜਾਬ ਦੀ ਕੌਨ ਸੀ ਇਹਨਾਂ ਵਿੱਚੋਂ ਹਾਂਜੀ who was the first lady deputy commissioner of the punjab punjab di pehli lady deputy commissioner jaldi jaldi answer karna fast tez answer karna haan ji ki answer aauga first lady jehdi deputy commissioner bani punjab di to ki answer si ga india di jehdi india di coal hai sarojini naidu hai na nightingale of the india sarojini naidu nightingale of the punjab to surinder kaur te ਫਰਸਟ ਡਿਪਟੀ ਸੀਐਮ ਆਫ ਦਾ ਪੰਜਾਬ दैट इज ਅ ਵਿਨੀ ਮਹਾਜਨ ਵਿਨੀ ਮਹਾਜਨ ਫਰਸਟ ਡਿਪਟੀ ਆ ਡਿਪਟੀ ਕਮਿਸ਼ਨਰ ਦੇਨ ਡੀਸੀ ਡੀਸੀ ਆਫ ਦਾ ਪੰਜਾਬ ਪਹਿਲੀ ਡਿਪਟੀ ਕਮਿਸ਼ਨਰ ਕੌਣ ਸੀ ਵਿਨੀ ਮਹਾਜਨ ਪੰਜਾਬ ਦੀ ਅਗਲੇ ਕੁਸ਼ਨ ਤੇ ਚੱਲਦੇ ਹਾਂ ਅਗਲਾ ਕੁਸ਼ਨ ਹੈ ਹੂ ਇਜ਼ ਕਾਲਡ ਐਸ ਦਾ ਵਿਜ਼ਾਰਡ ਆਫ ਹੋਕੀ ਹੋਕੀ ਦਾ ਜਾਦੂਗਰ ਆਦਾ ਪਤਾ ਹੀ ਆ ਇਹਦਾ ਆਨਸਰ ਤਾਂ ਸਾਰਿਆਂ ਨੂੰ ਪਤਾ ਹੀ ਆ ਹੋਕੀ ਦਾ ਜਾਦੂਗਰ ਹੋਕੀ ਦਾ ਜਾਦੂਗਰ ਕਿਹਨੂੰ ਕਿਹਾ ਜਾਂਦਾ ਹੈ ਜਗਮੋਹਨ ਸਿੰਘ ਨੂੰ ਜਾਂ ਸੁਰਜੀਤ ਸਿੰਘ ਨੂੰ ਜਾਂ ਮਿਲਖਾ ਸਿੰਘ ਨੂੰ ਜਾਂ ਧਿਆਨ ਚੰਦ ਨੂੰ ਹਾਂਜੀ ਹੌਕੀ ਦਾ ਜਾਦੂਗਰ ਕਿਹਨੂੰ ਕਿਹਾ ਜਾਂਦਾ ਜੀ ਹੌਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਜੀ ਨੂੰ ਕਿਹਾ ਜਾਂਦਾ ਏ ਠੀਕ ਹੈ ਤਾਂ ਨੈਸ਼ਨਲ ਸਪੋਰਟਸ ਡੇ ਨੈਸ਼ਨਲ ਸਪੋਰਟਸ ਡੇ ਕਦੋਂ ਮਨਾਉਂਦੇ ਆਪਾਂ ਨੈਸ਼ਨਲ ਸਪੋਰਟਸ ਡੇ ਜਿਹੜਾ ਉਹ ਇਹਨਾਂ ਦੇ ਹੀ ਜਿਹੜਾ ਬਰਥ ਨੂੰ ਜਿਹੜਾ ਕਮੈਮੋਰੇਟ ਕਰਦਾ ਨੈਸ਼ਨਲ ਸਪੋਰਟਸ ਡੇ ਕਦੋਂ ਮਨਾਉਂਦੇ ਆਪਾਂ ਨੈਸ਼ਨਲ ਸਪੋਰਟਸ ਦੇ ਕਦਮ ਮਨਾਈਦਾ ਵਾ ਜਲਦੀ ਜਲਦੀ ਨੈਸ਼ਨਲ ਸਪੋਰਟਸ ਦੇ ਕਦਮ ਮਨਾਣੇ ਆਪਾਂ ਧਿਆਨ ਚੰਦ ਧਿਆਨ ਚੰਦ ਦੀ ਬੁੱਕ ਇਸੀ ਗਈ ਮਾਈ ਗੋਲ اور ਨੈਸ਼ਨਲ ਸਪੋਰਟਸ ਦੇ ਮਨਾਣੇ ਆਪਾਂ 29th ਆਫ ਦਾ ਅਗਸਟ ਠੀਕ ਹੈ 29th ਆਫ ਦਾ ਅਗਸਟ ਨੂੰ ਆਪਾਂ ਮਨਾਣੇ ਆ ਨੈਸ਼ਨਲ ਸਪੋਰਟਸ ਡੇ और मेजर ध्यानचंद की याद देखी चलो जी अगले क्वेश्चन चलते हैं अगला अपने को क्वेश्चन है रुस्तम हिंद रुस्तम हिंदू किया गया कि टाइटल मिले रुस्तमे हिंद का रुस्तमे हिंद का टाइटल किनू दिता गया नैशनल स्पोर्ट्स ने नती अगस्त वेरी गुड सारे ने आंसर भी देता नती अगस्त नैशनल स्पोर्ट्स वेरी गुड शब रुतमे हिंद का टाइटल किनू दिता गया जल्दी जल्दी आंसर कर दो बी ਰੁਸਤਮੇ ਹਿੰਦ ਦਾ ਟਾਈਟਲ ਕਿਨੂੰ ਦਿੱਤਾ ਗਿਆ? ਤੋਂ ਰੁਸਤਮੇ ਹਿੰਦ ਦਾ ਟਾਈਟਲ ਦਿੱਤਾ ਗਿਆ ਦਾਰਾ ਸਿੰਘ ਜੀ ਨੂੰ। ਦਾਰਾ ਸਿੰਘ ਨੂੰ ਕਿਹਾ ਜਾਂਦਾ ਸੀਗਾ ਰੁਸਤਮੇ ਹਿੰਦ। ਓਕੇ। ਨੈਕਸਟ ਕੁਐਸਚਨ ਦੇਖਦੇ ਆਪਨਾ ਅਗਲਾ ਕੁਐਸਚਨ ਕੀ ਆ? ਇਹਦਾ ਆਨਸਰ ਦੇਖਦੇ ਆ। ਕੌਣ ਇਸ ਕੁਐਸਚਨ ਦਾ ਆਨਸਰ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਦਿੰਦਾ ਹੈ? ਠੀਕ ਹੈ ਦਾਰਾ ਸਿੰਘ ਨੂੰ ਕਿਹਾ ਜਾਂਦਾ ਰੁਸਤਮੇ ਹਿੰਦ। ਸਾਰਿਆਂ ਨਾਲੋਂ ਪਹਿਲਾਂ ਦੇਖੀਏ ਕੌਣ ਇਹਦਾ ਆਨਸਰ ਦਿੰਦਾ ਹੈ? ਹੂ ਅਮੰਗ ਦਾ ਫਾਲੋਇੰਗ ਇਜ਼ ਦਾ ਰੀਨੋਅੰਡ ਪੇਂਟਰ ਆਫ ਦਾ ਪੰਜਾਬ? ਰੀਨੌਂਡ ਪੇਂਟਰ ਆਫ ਦਾ ਪੰਜਾਬ ਕੌਣ ਹੈ অপਸ਼ਨ ਹੈਗੇ ਆਪਣੇ ਕੋਲ ਸ਼ੋਭਾ ਸਿੰਘ ਭਾਈਕਾਨ ਸਿੰਘ ਫੋਜਾ ਸਿੰਘ ਤੇ ਇੱਕ অপਸ਼ਨ ਹੈਗੀ ਗੁਲੇਸ਼ ਸਿੰਘ ਇਹਨਾਂ ਪਰਸਨਾਂ ਦੇ ਨਾਲ ਨਾਲ ਇੱਕ ਹੋਰ ਪਰਸਨ ਹੈ ਦੋ ਪਰਸਨ ਨੇ ਜਿਹੜੇ ਕਿ ਬਹੁਤ ਜ਼ਿਆਦਾ ਪ੍ਰਸਿੱਧ ਪੇਂਟਰ ਹੈ ਦੂਸਰੇ ਪਰਸਨ ਦਾ ਨਾਮ ਹੈਗਾ ਅਮ੍ਰਿਤਾ ਪ੍ਰੀਤਮ ਜਦਾ ਨਾ ਉਹ ਕਿ ਚਿਕਤਾਬਾਂ ਚ ਜ਼ਿਆਦਾ ਫੇਮਸ ਹੈ ਤੇ ਆਹ ਅਮ੍ਰਿਤਾ ਸ਼ੇਰਗਿੱਲ ਅਮ੍ਰਿਤਾ ਸ਼ੇਰਗਿੱਲ ਇਹ ਏ ਪਰਸਨ ਨੇ ਜਿਹੜੇ ਇਹ ਪੇਂਟਰ ਪੇਂਟਿੰਗ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਆ ਪੰਜਾਬ ਦੇ ਬਹੁਤ ਹੀ ਮੰਨੇ ਤਨ ਨੇ ਪੇਂਟਰ ਮੰਨੇ ਜਾਂਦੇ ਆ ਇਹਨਾਂ ਦੇ ਨਾਲ ਬਟ ਜੇ ਆਪਾਂ ਗੱਲ ਕਰੀਏ ਹੋਰ ਜਿਹੜੇ ਕਿਹੜੇ ਇੰਪੋਰਟੈਂਟ ਪੇਂਟਰ ਆ दैट इज द ਸ਼ੋਭਾ ਸਿੰਘ ਸ਼ੋਭਾ ਸਿੰਘ ਇਸ ਦਾ ਕਰੈਕਟ ਆਨਸਰ ਯਾਦ ਕਰ ਲੋ ਨੋਟ ਕਰ ਲੋ ਜੇ ਨਹੀਂ ਬਤਾਤੇ ਯਾਦ ਕਰ ਲੋ ਨੋਟ ਕਰ ਲੋ ਤੇ ਸ਼ੋਭਾ ਸਿੰਘ ਦੇ ਨਾਲ ਨਾਲ ਅਮਰਤਿਆ ਸ਼ੇਰ ਸਿੰਘ ਸ਼ੇਰ ਗਿਲ ਇਹਨਾਂ ਨੂੰ ਵੀ ਯਾਦ ਕਰ ਲੈਣਾ ਇਹ ਪੇਂਟਰ ਆਫ ਪੰਜਾਬ ਜਿਹੜੇ ਕਿ ਬਹੁਤ ਜ਼ਿਆਦਾ ਮਸ਼ਹੂਰ ਨੇ ਬਹੁਤ ਜ਼ਿਆਦਾ ਫੇਮਸ ਨੇ ਠੀਕ ਹੈ Uh, who is known as the who is called as the that is the daadi wali mother teresa bearded mother teresa kinu ke jaanda si theek hai who is called as the yani bahut hi jehde eh change insaan si theek hai jehde karke inna nu lokan di seva karn wale jis karke inna nu jada that is a bearded mother teresa ਕਿਆ ਜਾਂਦਾ ਹੈ ਉਹ ਪਰਸਨ ਕਿਹੜੇ ਸਨ অপਸ਼ਨ ਆਪਣੇ ਕੋਲ ਹੈਗਾ ਭਗਤਪੂਰਨ ਸਿੰਘ ਭਾਈ ਕਾਨ ਸਿੰਘ ਭਾਈ ਕਨਈਆ ਜਾਂ ਭਾਈ ਜੋਤੀ ਇਹਦਾ ਆਨਸਰ ਦੇਖਦੇ ਆਂ ਕੌਣ ਦਿੰਦਾ ਇਹਦਾ ਆਨਸਰ yes 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 ਬਿਲਕੁਲ ਸਾਰੇ ਦਾ ਕਰੈਕਟ ਹੈ ਭਗਤਪੂਰਨ ਸਿੰਘ ਇਹਨਾਂ ਨੂੰ ਹੀ ਜਿਹੜਾ ਬੀਅਰਡਿਡ ਮਦਰ ਟੇਰਸਾ ਕਿਹਾ ਜਾਂਦਾ ਸੀਗਾ ਔਰ ਇਹਨਾਂ ਦੇ ਨਾਮ ਤੋਂ ਹੀ ਜਿਹੜੀ ਸਕੀਮ ਹੈ ਪੰਜਾਬ ਗਵਰਨਮੈਂਟ ਨੇ ਜਿਹੜੀ ਪੂਰ ਪੀਪਲ ਵਾਸਤੇ ਚਲਾਈ ਸੀ ਭਗਤਪੂਰਨ ਸਿੰਘ ਸਕੀਮ ਠੀਕ ਹੈ ਪੋਰ ਪੀਪਲ ਵਾਸ ਤੇ ਇਹਨਾਂ ਦੇ ਨਾਮ ਤੋਂ ਹੀ ਸਕੀਮ ਚਲਾਈ ਗਈ ਸੀ ਅਗਲੇ ਕੁਐਸਚਨ ਤੇ ਚੱਲਦੇ ਆ ਅਗਲਾ ਕੁਐਸਚਨ ਦੇਖਦੇ ਆ ਅ ਨੈਕਸਟ ਆਪਣੇ ਕੋਲ ਕੀ ਕੁਐਸਚਨ ਹੈ ਅਗਲਾ ਕੁਐਸਚਨ ਹੈ ਹੂ ਵਾਸ ਦਾ ਗਵਰਨਰ ਆਫ ਦਾ ਪੰਜਾਬ ਡਿਊਰਿੰਗ ਦਾ ਫਾਰਮੇਸ਼ਨ ਆਫ ਦਾ ਨਿਊ ਪੰਜਾਬ ਜਦੋਂ ਨਵਾਂ ਪੰਜਾਬ ਬਣਿਆ ਨਵਾਂ ਪੰਜਾਬ ਕਦੋਂ ਬਣਿਆ ਨਵਾਂ ਪੰਜਾਬ ਦੇਖੋ ਇੱਕ ਤਾਂ ਬਣਿਆ ਨਵੇਂ ਪੰਜਾਬ ਦੀ ਆਪਾਂ ਗੱਲ ਕਰੀਏ ਪੰਜਾਬ ਬਣਿਆ ਕਦੋਂ ਉਹ ਬਣਿਆ 1947 ਦੇ ਵਿੱਚ ਹੈਨਾ ਨਵਾਂ ਪੰਜਾਬ ਇੱਥੇ ਗੱਲ ਕੀਤੀ ਜਾ ਰਹੀ ਹੈ 1 ਨਵੰਬਰ 1966 ਦੇ ਯਾਨੀ 1 ਨਵੰਬਰ 1968 ਦੇ ਵਿੱਚ ਜਦੋਂ ਅ 1 ਨਵੰਬਰ 1968 ਦਾ ਟਾਈਮ ਪੀਰੀਅਡ ਹੁੰਦਾ ਉਦੋਂ ਗਵਰਨਰ ਕੌਣ ਸੀ ਹਾਂਜੀ ਹੂ ਵਾਸ ਦਾ ਗਵਰਨਰ ਐਟ ਦੈਟ ਟਾਈਮ ਹੂ ਵਾਸ ਦਾ ਗਵਰਨਰ ਐਟ ਦੈਟ ਟਾਈਮ ਹਾਂਜੀ ਕੱਲ ਹੀ ਮੈਂ ਇਹ ਕੁਐਸਚਨ ਕਰਵਾਇਆ ਸੀਗਾ 1968 ਦੇ ਵਿੱਚ ਧਰਮ ਦੇ ਹਿੱਸੇ ਹੋ ਗਏ ਇਸ ਤਰ੍ਹਾਂ ਕਰਕੇ ਨੂੰ ਯਾਦ ਕਰ ਲਿਓ ਠੀਕ ਹੈ ਹਿੰਦੂ ਧਰਮ ਮਤਲਬ ਜਿਹੜੇ ਹਿੰਦੂਇਜ਼ਮ ਸੀਗਾ ਉਹ ਹਰਿਆਣਾ ਪਲੇਸ ਜਾਂ ਹਿਮਾਚਲ ਪ੍ਰਦੇਸ਼ ਉਹਨਾਂ ਨੂੰ ਦੇ ਦਿੱਤੀ ਗਈ ਮੈਜੋਰਟੀ ਜਿਹੜੀ ਪੰਜਾਬੀ ਸਪੋਕਨ ਪੀਪਲ ਸੀਗੇ ਉਹ ਪੰਜਾਬ ਦੇ ਵਿੱਚ ਰਹਿ ਗਏ ਤੋਂ ਇਸ ਕਰਕੇ ਤੁਸੀਂ ਕੀ ਕਹਦੋ ਧਰਮ ਦੀ ਵੰਡ ਤੋਂ ਧਰਮ ਵਿਰਾ ਤਾਂ ਆਨਸਰ ਕੀ ਬਣ ਗਿਆ ਔਰੇ ਧਰਮ ਵਿਰਾ ਇਸ ਟ੍ਰਿਕ ਨਾਲ ਤੁਸੀਂ ਇਸ ਚੀਜ਼ ਨੂੰ ਯਾਦ ਰੱਖ ਲਓ ਕਦੀ ਵੀ ਭੁੱਲੇਗਾ ਨਹੀਂ ਕੋਪੀ ਚੰਦ ਭਾਰਗਵਾ ਵਾਜ਼ਦਾ ਵਾਜ਼ਦਾ ਫਰਸਟ ਹੂ ਸੀਐਮ ਗੋਪੀ ਚੰਦ ਭਾਰਗਵਾ ਵਾਜ਼ਦਾ ਫਰਸਟ ਸੀਐਮ ਐਂਡ ਚੰਦੂ ਲਾਲ ਤ੍ਰिवेदी ਵਾਜ਼ਦਾ ਫਰਸਟ ਗਵਰਨਰ ਅੱਛਾ ਕੱਲ ਕਿਸ ਨੇ ਮੈਨੂੰ ਪੁੱਛਿਆ ਸੀਗਾ ਉਹਦਾ ਆਨਸਰ ਮੈਂ ਅੱਜ ਦਊਂਗਾ ਠੀਕ ਹੈ ਕੁਐਸਚਨ ਬੜਾ ਅੱਛਾ ਲੱਗਿਆ ਸੀ ਮੈਨੂੰ ਚਲੋ ਪਹਿਲਾਂ ਇਹਦਾ ਇਹਦਾ ਕੁਐਸਚਨ ਇਸ ਕੁਐਸਚਨ ਦਾ ਆਨਸਰ ਕਰਦੇ ਆ ਜਦੋਂ 84 ਦੇ ਦੰਗੇ ਹੋਏ ਹੂ ਵਾਸ ਦਾ ਗਵਰਨਰ ਆਫ 1984 ਠੀਕ ਹੈ ਜਦੋਂ 84 ਦੇ ਦੰਗੇ ਹੁੰਦੇ ਨੇ ਉਸ ਸਮੇ ਗਵਰਨਰ ਕੌਣ ਸੀ ਕਾਲ ਵੀ ਇਹ ਕੁਐਸਚਨ ਵੈਸੇ ਮੈਂ ਕਾਫੀ ਬੱਚਾ ਨੂੰ ਯਾਦ ਕਰਵਾਤਾ ਸੀ ਹਾਂਜੀ 84 ਦੇ ਦੰਗਿਆਂ ਦੇ ਵਿੱਚ ਕੌਣ ਸੀ ਗਵਰਨਰ ਜਲਦੀ ਆਨਸਰ ਕਰੋ ਫਰਸਟ ਗਵਰਨਰ ਦੇਖੋ ਮੇ ਬੱਚੇ ਦਾ ਇੱਕ ਕੁਸ਼ਨ ਆਇਆ ਕਿ ਜਦ ਕੀ ਫਰਸਟ ਗਵਰਨਰ ਨਵੇਂ ਪੰਜਾਬ ਦਾ ਧਰਮਵੀਰਾ ਫਿਰ ਚੰਦੂ لال ਤਰਵੇਦੀ ਨੂੰ ਕਿਉਂ ਕਿਹਾ ਜਾਂਦਾ ਦੇਖੋ ਪੰਜਾਬ 1947 ਦੇ ਵਿੱਚ ਬਣਿਆ ਜਦੋਂ ਚੰਦੂ لال ਤਰਵੇਦੀ ਆ ਉਹ ਗਵਰਨਰ ਬਣੇ ਉਹਦੇ ਬਾਅਦ ਪੰਜਾਬ ਜਿਹੜਾ 1966 ਦੇ ਵਿੱਚ ਬਣਿਆ ਠੀਕ ਹੈ ਉਦੋਂ ਜਿਹੜੇ ਗਵਰਨਰ ਬਣੇ ਉਹ ਧਰਮਵੀਰਾ ਬਣੇ ਉਸ ਸਮੇਂ ਤਾਂ ਅੰਮ੍ਰਿਤਾ ਸੀ ਪਰ ਜੇ ਪਹਿਲੇ ਗਵਰਨਰ ਦੀ ਪੰਜਾਬ ਜਦੋਂ ਹੋਂਦ ਦੇ ਵਿੱਚ ਆਂਦਾ ਹੈ ਯਾਨੀ ਪਾਰਟੀਸ਼ਨ ਦੇ ਬਾਅਦ ਉਦੋਂ ਪਹਿਲੇ ਗਵਰਨਰ ਜਿਹੜੇ ਆ ਉਹ ਚੰਦੂ ਲਾਲ ਤ੍ਰिवेदी ਹੀ ਮੰਨੇ ਜਾਣਗੇ ਹਾਂਜੀ ਇਹਦਾ ਆਨਸਰ ਕੀ ਆਊਗਾ ਬਿਰਾਬਦਤ ਪਾਂਡੇ ਬਿਰਾਬਦਤ ਪਾਂਡੇ ਵਾਸਤਾ ਗਵਰਨਰ ਐਟ that time ਜਦੋਂ 1984 ਦੇ ਦੰਗੇ ਹੁੰਦੇ ਨੇ ਤੋਂ ਬਿਰਾਬਦਤ ਪਾਂਡੇ ਇਜ਼ ਦਾ ਕਰੈਕਟ ਆਨਸਰ ਹੇਅਰ ਅਗਲੇ ਕੁਐਸਚਨ ਤੇ ਚੱਲਦੇ ਆ ਗਵਰਨਰਸ ਦੇ ਸਾਰੇ ਕੁਐਸਚਨ ਆਪਾਂ ਕਵਰ ਕਰ ਦਿੱਤੇ ਜਦੋਂ ਮਰਜਰ ਹੁੰਦਾ ਯਾਨੀ ਪੈਪਸੂ ਤੇ ਪੰਜਾਬ ਦਾ ਮਰਜਰ ਹੁੰਦਾ ਕਦੋਂ ਹੈ 1956 ਦੇ ਵਿੱਚ ਹੈ ਨਾ 1986 ਦੇ ਵਿੱਚ ਜਦੋਂ ਜੇ ਆਪਾਂ ਗੱਲ ਕਰੀਏ ਜਦੋਂ ਪੈਪਸੂ ਬਣਿਆ ਉਦੋਂ ਪੈਪਸੂ ਦੀ ਗੱਲ ਕਰਦੀਆਂ 2 ਮਿੰਟ ਹੈ ਨਾ ਪੈਪਸੂ ਪੈਪਸੂ 1948 ਦੇ ਵਿੱਚ ਬਣਿਆ ਸੀ ਪੈਪਸੂ ਦੇ ਪਹਿਲਾਂ ਆਪਣਾ ਹੀ ਆਪਣਾ ਹੀ ਰਾਜਪ੍ਰਮੁਖ ਸੀ ਪੈਪਸੂ ਦਾ ਆਪਣਾ ਹੀ ਗਵਰਨਰ ਸੀ ਆਪਣਾ ਹੀ ਰਾਜਪ੍ਰਮੁਖ ਸੀ ਨਾਮ ਸੀ ਯਾਦਵਿੰਦਰਾ ਸਿੰਘ ਯਾਦਵਿੰਦਰਾ ਸਿੰਘ ਯਾਦਵਿੰਦਰਾ ਸਿੰਘ ਠੀਕ ਹੈ ਪੈਪਸੂ ਦੇ ਰਾਜਪ੍ਰਮੁਖ ਔਰ ਉਪ ਰਾਜਪ੍ਰਮੁਖ ਸੀ ਜਗਤਜੀਤ ਸਿੰਘ ਆਹ ਮਹਾਰਾਜਾ ਕਿਥੋਂ ਦੇ ਸੀ ਜਗਤਜੀਤ ਸਿੰਘ ਇੱਕ ਕਪੂਰਥਲਾ ਦੇ ਮਹਾਰਾਜਾ ਸਨ ਠੀਕ ਹੈ ਯਾਨੀ ਗਿਆਨ ਸਿੰਘ ਰਾਜੇ ਵਾਲਾ ਉਹ ਕੀ ਸੀ ਹੀ ਵਾਸ ਦਾ ਸੀਐਮ ਠੀਕ ਹੈ 1984 1984 uh, 1984 ਨੂੰ 1956 1956 ਦੇ ਵਿੱਚ ਪੈਪਸੂ ਪੈਪਸੂ 1948 ਚ ਬੰਦ ਆ 1948 ਦੇ ਵਿੱਚ ਇਹਦੀ ਫਾਰਮੇਸ਼ਨ ਹੁੰਦੀ ਆ 8 ਪੈਪਸੂ ਦੇ ਟੋਟਲ ਰਿਆਸਤਾਂ ਕਿੰਨੀਆਂ ਸੀ 8 ਜਿਹੜੀਆਂ ਆਪਸ ਚ ਮਿਲ ਕੇ ਪੈਪਸੂ ਦੀ ਫਾਰਮੇਸ਼ਨ ਕਰਦੇ ਨੇ ਔਰ ਬਾਅਦ ਵਿੱਚ ਪੈਪਸੂ ਤੇ ਪੰਜਾਬ ਮਿਲ ਜਾਂਦੇ ਨੇ ਇਹਨੂੰ ਵੀ ਆਪਾਂ ਪੰਜਾਬ ਰੀਆਰਗੇਨਾਈਜੇਸ਼ਨ ਦੇ ਵਿੱਚ ਹੀ ਪੜ੍ਹਦੇ ਆਂ ਤੋ ਉਹ ਕਦੋਂ ਮਿਲਦੇ ਨੇ 1956 ਦੇ ਵਿੱਚ ਜਦੋਂ ਮਿਲਦੇ ਨੇ ਉਸ ਸਮੇਂ ਕੌਣ ਸੀ ਗਵਰਨਰ ਹੁਣ ਆਨਸਰ ਕਿਸੇ ਨੇ ਦਿੱਤਾ ਨਹੀਂ ਪੈਪਸੂ ਕੀ ਹੁੰਦਾ ਹੈ ਸਰ ਲਵਪ੍ਰੀਤ ਪੈਪਸੂ ਜਿਹੜਾ ਪੰਜਾਬ ਦੇ ਅੱਠ ਰਿਆਸਤਾਂ ਅੱਠ ਰਿਆਸਤਾਂ ਮੈਂ ਪਹਿਲਾਂ ਵੀ ਤੁਸੀਂ ਸ਼ਾਇਦ ਕਲਾਸਾਂ ਹੋਣ ਲਗਾਉਣੀਆਂ ਸ਼ੁਰੂ ਕੀਤੀਆਂ ਠੀਕ ਹੈ ਅੱਠ ਰਿਆਸਤਾਂ ਜਿਹੜੀਆਂ ਉਹ ਮਿਲ ਕਰਕੇ ਪੈਪਸੂ ਨੂੰ ਅਲੱਗ ਤੁਜੇ ਦੇ ਵਿੱਚ ਪਟਿਆਲਾ ਹੁੰਦਾ ਮਲੇਰ ਕੋਟਲਾ ਹੁੰਦਾ ਜਿੰਦ ਹੁੰਦਾ ਕਲ ਕਲੇਸੀਆ ਹੁੰਦਾ ਤੋਂ ਇਹ ਸਾਰੀਆਂ ਨਾਬਾ ਹੁੰਦਾ ਇਹ ਅੱਠ ਰਿਆਸਤਾਂ ਟੋਟਲ ਮਿਲ ਕਰਕੇ ਪੈਪਸੂ ਅਲੱਗ ਤੋਂ ਇੱਕ ਰਾਜ ਬਣਾ ਲੈਂਦੇ ਨੇ ਪੰਜਾਬ ਤੋਂ ਵੱਖਰਾ ਆ ਪੈਪਸੂ ਠੀਕ ਹੈ ਤੋਂ ਇਹਦਾ ਆਨਸਰ ਇਹਦਾ ਆਨਸਰ ਬਹੁਤ ਘੱਟ ਲੋਕਾਂ ਨੂੰ ਆਇਆ ਕਿ ਜਦੋਂ 1986 ਦੇ 1956 ਦੇ ਵਿੱਚ ਜਦੋਂ ਪੈਪਸੂ ਤੇ ਪੰਜਾਬ ਦਾ ਮਰਜਰ ਹੋਇਆ ਉਸ ਸਮੇਂ ਜਿਹੜੇ ਗਵਰਨਰ ਸੀਗੇ ਉਹਨਾਂ ਦਾ ਨਾਮ ਕੀ ਸੀਗਾ ਜਨਦੇਸ਼ਵਰ ਪ੍ਰਸਾਦ ਨਰਾਇਣ ਸਿੰਘ ਔਰ ਇਹ ਸੈਕਿੰਡ ਗਵਰਨਰ ਸੀ ਪੰਜਾਬ ਦੇ ਹੀ ਵਾਸ ਦਾ ਸੈਕਿੰਡ ਗਵਰਨਰ ਹੀ ਵਾਸ ਦਾ ਸੈਕਿੰਡ ਗਵਰਨਰ ਪੈਪਸੂ ਦਾ ਮਰਜਰ ਹੁੰਦਾ ਉਦੋਂ ਇਹ ਗਵਰਨਰ ਸੀਗੇ ਕਿਹੜੇ ਦੈਟ ਇਜ਼ ਅ ਚੰਦੇਸ਼ਵਰ ਪ੍ਰਸਾਦ ਨਾਰਾਇਣ ਸਿੰਘ ਵਾਸ ਦਾ ਸੈਕੰਡ ਗਵਰਨਰ ਪੈਪਸੂ ਦਾ ਜਦੋਂ ਮਰਜਰ ਹੁੰਦਾ ਅਗਲੇ ਕੁਐਸਚਨ ਤੇ ਚੱਲਦੇ ਆਂ ਆ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਅਗਲਾ ਕੁਐਸਚਨ ਦੇਖਦੇ ਆਂ ਅਗਲਾ ਕੁਐਸਚਨ ਆਪਣੇ ਕੋਲ ਕੀ ਆ ਵਾਟ ਇਜ਼ ਅ ਨੈਕਸਟ ਨੈਕਸਟ ਆਪਣੇ ਕੋਲ ਹੈਗਾ ਕਿਸਾਨ ਅੰਦੋਲਨ ਆ ਜਿਹੜਾ ਹੁਣੀ ਕਿਸਾਨ ਅੰਦੋਲਨ ਸਟਾਰਟ ਹੋਇਆ ਉਹਦੇ ਤੇ ਕੁਐਸਚਨ ਬਣ ਗਿਆ ਲੋ ਜੀ ਬਣਿਆ ਬਣਿਆ ਕਿਦਾਂ ਬਣਾਇਆ ਤੇ ਬਣਿਆ ਆਨਸਰ ਇਹ ਦੇਖਣਾ ਇਸ ਕੁਐਸਚਨ ਦਾ ਆਨਸਰ ਸਹੀ ਕੌਣ ਦਿੰਦਾ ਅੱਤ ਆਇਆ ਤਾਇਆ ਕੁਐਸਚਨ ਹੈ ਜੇ ਇਹਦਾ ਵੀ ਅਨਸਰ ਨਾ ਦੇ ਪਾਏ ਫਿਰ ਤਾਂ ਬਹੁਤ ਹੀ ਮਾੜੀ ਗੱਲ ਮੈਂ ਕਹੂੰਗਾ ਬਹੁਤ ਮਾੜੀ ਗੱਲ ਹੋ ਜੂਗੀ ਹੂ ਵਾਸ ਦਾ ਗਵਰਨਰ ਆਫ ਦਾ ਪੰਜਾਬ ਵੈਨ ਕਿਸਾਨ ਅੰਦੋਲਨ ਸਟਾਰਟਡ ਜਦੋਂ ਕਿਸਾਨ ਅੰਦੋਲਨ ਸਟਾਰਟ ਹੋਇਆ ਤਾਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿਸਾਨ ਅੰਦੋਲਨ ਸਟਾਰਟ ਕਦੋਂ ਹੋਇਆ ਕਿਸਾਨ ਅੰਦੋਲਨ ਸਟਾਰਟ ਕਦੋਂ ਹੋਇਆ ਸਿਲਕੀ ਲੋਂਗੇਸਟ ਨਹੀਂ ਸੀਗੇ ਜਿਨ੍ਹਾਂ ਨੇ 5 ਸਾਲ 217 ਦਿਨ ਲਗਾਏ ਉਹ ਲੋਂਗਾ ਸੀ ਉਹ ਕੁਛ ਨਾ ਕੇ ਕਰਦੇ ਆ ਠੀਕ ਹੈ ਤਾਂ ਇਹਦਾ ਅਨਸਰ ਦੇਖਦੇ ਆ ਇਹਦੇ ਅਨਸਰ 'ਚ ਹੀ ਉਲਝ ਗਏ ਕਪਤਾਨ ਸਿੰਘ ਸਲੋਂਕੀ ਲਾਈ ਜਾਂਦਾ ਕੋਈ ਪਤਾ ਨਹੀਂ ਗੋਪੀ ਚੰਦ ਵਾਰਗਵਾਲ ਆਈ ਜਾਂਦਾ ਕੋਈ ਬਨਵਾਰੀ لال ਪ੍ਰੋਹਿਤ ਲਾਈ ਜਾਂਦਾ ਕੋਈ ਆ ਵੀ ਪੀ ਸਿੰਘ ਵਦਨੌਰ ਲਾਈ ਜਾਂਦਾ ਇਹਦੇ ਵਿੱਚ ਵੀ ਉਲਝੇ ਪਏ ਨੇ ਆ ਇਸ ਕੁਐਸਚਨ 'ਚ ਵੀ ਉਲਝੇ ਪਏ ਹਾਂ ਹਾਂਜੀ ਸੀ ਆਪਸ਼ਨ ਹੱਲੇ ਵੀ ਬੜੀ ਜਨਤਾ ਸੀ ਆਪਸ਼ਨ ਦੇ ਪਿੱਛੇ ਕਪਤਾਨ ਸਿੰਘ ਸਲੋਂਕੀ ਪਿੱਛੇ ਬੜੀ ਜਨਤਾ ਪਈ ਹੋਈ ਆ ਠੀਕ ਹੈ ਆਨਸਰ ਕੁਐਸਚਨ ਦੇਖਦੇ ਹਾਂ ਜਦੋਂ ਆਹ ਕਿਸਾਨ ਅੰਦੋਲਨ ਹੋਇਆ ਉਦੋਂ ਸਨ ਕਿਹੜਾ ਸੀਗਾ ਅਗਸਤ 2020 ਤੋਂ ਸਟਾਰਟ ਹੋਇਆ ਸੀਗਾ ਕਿਸਾਨ ਅੰਦੋਲਨ ਸਟਾਰਟ ਹੋਇਆ ਸੀ ਮੈਂ ਇਹ ਨਹੀਂ ਕਹਿੰਦਾ ਕਿ ਦਿੱਲੀ ਜਾ ਕੇ ਧਰਨਾ ਲਗਾ ਉਦੋਂ ਨਹੀਂ ਕਿਸਾਨ ਅੰਦੋਲਨ ਸ਼ੁਰੂ ਕਦੋਂ ਹੋਇਆ ਅਗਸਤ ਤੋਂ ਹੀ ਪ੍ਰੋਟੈਸਟ ਕਰਨਾ ਸ਼ੁਰੂ ਹੋ ਗਿਆ ਸੀਗਾ ਦਿੱਲੀ ਤੱਕ ਗਏ ਨਵੰਬਰ ਦੇ ਵਿੱਚ ਦਿੱਲੀ ਤੱਕ ਗਏ ਨਵੰਬਰ ਦੇ ਵਿੱਚ ਤੋਂ ਜਿਹੜਾ 1 ਸਾਲ ਦੀ ਆਪਾਂ ਗੱਲ ਕਰੀਏ بڑے ਲੋਕੀ 1 ਸਾਲ 1 ਸਾਲ ਕਰਦੇ ਨੇ ਕਿਸਾਨ ਅੰਦੋਲਨ ਪਹਿਲਾਂ ਹੀ ਜਿਹੜੇ ਕੀ ਕਹਿੰਦੇ ਆ ਟੋਲ ਪਲਾਜ਼ ਜਿਹੜੇ ਪਹਿਲਾਂ ਹੀ ਬੰਦ ਕਰਾਤੇ ਸੀ ਇੱਕ ਅਗਸਤ ਮਹੀਨੇ ਤੋਂ ਹੀ ਜਿਹੜਾ ਵਿਰੋਧ ਸ਼ੁਰੂ ਹੋ ਗਿਆ ਸੀ ਠੀਕ ਹੈ ਉਸ ਸਮੇਂ ਜਦੋਂ ਵਿਰੋਧ ਸ਼ੁਰੂ ਹੋਇਆ ਉਸ ਸਮੇਂ ਵੀਪੀ ਯਾਨੀ ਵਿਜਿੰਦਰਪਾਲ ਸਿੰਘ ਬਡਨੌਰ ਉਸ ਸਮੇਂ ਦੇ ਗਵਰਨਰ ਸਨ ਹੁਣ ਕਰੰਟ ਗਵਰਨਰ ਕਿਹੜੇ ਆ ਕਰੰਟਲੀ ਆਪਾਂ ਗੱਲ ਕਰੀਏ ਬਨਵਾਰੀ ਲਾਲ ਪ੍ਰੋਹਿਤ ਇਜ਼ ਦਾ ਕਰੰਟ ਕਿਸਾਨ ਅੰਦੋਲਨ ਦੇ ਸਮੇਂ ਵੀਪੀ ਸਿੰਘ ਬਡਨੌਰ ਵਾਜ਼ ਦਾ ਗਵਰਨਰ ਕਾਫੀ ਸਾਰੇ ਬੱਚਿਆਂ ਨੇ ਇਹਦਾ ਆਨਸਰ ਗਲਤ ਦਿੱਤਾ ਹੈ ਕਾਫੀ ਸਾਰਿਆਂ ਨੇ ਸਹੀ ਵੀ ਦਿੱਤਾ ਬਹੁਤ ਸਾਰੇ ਬੱਚਿਆਂ ਨੇ ਸਹੀ ਆਨਸਰ ਵੀ ਦਿੱਤਾ ਬਹੁਤ ਵਧੀਆ ਕੁਐਸਚਨ ਬਹੁਤ ਮਤਲਬ ਏ ਏ ਆ ਕਿ ਤੁਸੀਂ ਨਾਲ ਰਹਿੰਦੇ ਹੋ ਨਾ ਪਤਾ ਲੱਗਦਾ ਰਹਿੰਦਾ ਠੀਕ ਹੈ ਜਿਹੜੀ ਵੀ ਤੁਹਾਡੀ ਗਲਤੀ ਹੋਏ ਉਸੇ ਟਾਈਮ ਜਿਹੜੀ ਸਮਝ ਲੱਗ ਜਾਂਦੀ ਹੈ ਹੂ ਵਾਸ ਦਾ ਫਰਸਟ ਮੁਸਲਿਮ ਗਵਰਨਰ ਆਫ ਦਾ ਪੰਜਾਬ ਇਨ੍ਹਾਂ ਵਿੱਚੋਂ ਕਿਹੜੇ ਪਹਿਲੇ ਮੁਸਲਿਮ ਗਵਰਨਰ ਸੀ ਪੰਜਾਬ ਦੇ ਹੂ ਵਾਸ ਦਾ ਫਰਸਟ ਮੁਸਲਿਮ ਗਵਰਨਰ ਆਫ ਦਾ ਪੰਜਾਬ ਹਾਂਜੀ ਕਰੰਟ ਜਿਹੜੇ ਹੈਗੇ ਬਨਵਾਰੀ لال ਪ੍ਰੋਹਿਤ ਨੇ ਕਿਸਾਨ ਅੰਦੋਲਨ ਵੇਲੇ ਵੀ ਪੀ ਸਿੰਘ ਬਟਨੌਰ ਸੀ ਤੇ ਹੁਣ ਕੁਸ਼ਨ ਹੈ ਪਹਿਲੇ ਮੁ슬림 ਗਵਰਨਰ ਪੰਜਾਬ ਦੇ ਕਿਹੜੇ ਸੀ ਇਹਦਾ ਆਨਸਰ ਜਲਦੀ ਜਲਦੀ ਕਰ ਦਿਓ ਜੇ ਨਹੀਂ ਪਤਾ ਤੇ ਬੋਲ ਦਿਓ ਨਹੀਂ ਪਤਾ ਹਾਂਜੀ ਹੂ ਵਾਸ ਅ ਫਰਸਟ ਮੁ슬림 ਗਵਰਨਰ ਆਫ ਦਾ ਪੰਜਾਬ ਮੁਹੰਮਦ ਬਰਖਦਾਰ ਅਲੀ ਮੁਹੰਮਦ ਸੈਦ ਹਾਫਿਜ਼ ਮੁਹੰਮਦ ਇਬਰਾਹਿਮ ਠੀਕ ਹੈ ਮੁਹੰਮਦ ਹਾਸ਼ੀਮ ਅੱਜ ਕੀ ਆਨਸਰ ਆਊਗਾ ਓਰੇ ਸੈਸ਼ਨ ਨੂੰ ਸ਼ੇਅਰ ਨਹੀਂ ਕੀਤਾ ਅਜਾ ਸੈਸ਼ਨ ਨੂੰ ਸ਼ੇਅਰ ਨਹੀਂ ਕੀਤਾ ਸੈਸ਼ਨ ਨੂੰ ਜ਼ਰੂਰ ਕਿਹਾ ਮੈਂ ਜ਼ਰੂਰ ਤੁਹਾਨੂੰ ਬਾਰ-ਬਾਰ ਕਹਿੰਨਾ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਯਾਰ ਐਵੇਂ ਮਜ਼ਾ ਨਹੀਂ ਆਉਂਦਾ ਕੁਐਸਚਨ ਬਣਾਉਣ ਦੇ ਵਿੱਚ ਟਾਈਮ ਲੱਗਦਾ ਦਿਮਾਗ ਲੱਗਦਾ ਕਿਵੇਂ ਦੇ ਕੁਐਸਚਨ ਹੋਣੇ ਚਾਹੀਦੇ ਆ ਕੀ ਕੀ ਪੁੱਛ ਸਕਦੇ ਐਗਜ਼ਾਮੀਨਰ ਕਿੱਥੋਂ ਤੱਕ ਜਾ ਸਕਦੇ ਆ ਉੱਥੋਂ ਉੱਥੋਂ ਤੱਕ ਆਪਾਂ ਹੋ ਆਈਏ ਤੇ ਆਨਸਰ ਕੀ ਆ ਕੀ ਆਨਸਰ ਹੈਗਾ ਹਾਫਿਜ਼ ਮੁਹੰਮਦ ਇਬਰਾਹਿਮ ਹੀ ਵਾਸ ਦਾ ਫਰਸਟ ਗਵਰਨਰ ਆਫ ਦਾ ਪੰਜਾਬ he was the first muslim governor of the punjab he was the first muslim governor of the punjab option c hafiz mohammed ibrahim ino ibrahim word to yaad rakh liyo ibrahim lodi ibrahim wala theek hai is tarah isnu yaad rakh liyo bhuliyo na hun theek hai chaliye agle agle point te chaliye agle point te chalde ha agle question te chalde ha agla apne kol ki ਪ੍ਰਸ਼ਨ ਤਾਂ ਪ੍ਰਸ਼ਨ ਹੈਗਾ ਲੋਂਗੇਸਟ ਸਰਵਿੰਗ ਆ ਜਿਹੜਾ ਕੁਐਸਚਨ ਹੈ ਬੱਚੇ ਪੁੱਛ ਰਹੇ ਸੀ ਕਿ ਕੱਲ ਤੇ ਅੱਜ ਆਪਾਂ ਕੁਐਸਚਨ ਤਿਆਰ ਕਰ ਦਿੱਤਾ ਕਿ ਲੋਂਗੇਸਟ ਸਰਵਿੰਗ ਗਵਰਨਰ ਕਿਹੜੇ ਨੇ ਹੂ ਇਜ਼ ਦਾ ਲੋਂਗੇਸਟ ਸਰਵਿੰਗ ਗਵਰਨਰ ਜੀ ਆਪਾਂ ਸ਼ਾਰਟੇਸਟ ਨੇ ਉਹਦੀ ਗੱਲ ਕਰੀਏ ਸਾਰਿਆਂ ਨਾਲ ਛੋਟੇ ਜਿਹੜੇ ਸਾਰਿਆਂ ਨਾਲ ਘੱਟ ਟਾਈਮ ਜਿਆਦਾ ਸੀਗਾ ਸ਼ਾਰਟੇਸਟ ਟਾਈਮ ਪੀਰੀਅਡ ਸੀਗਾ ਥੈਟ ਵਾਸ ਦਾ ਹੋਕ ਕੀ ਸੀਗਾ ਹੋਕੇਸ਼ ਸੀਮਾ ਹੋਕੇਸ਼ ਸੀਮਾ ਠੀਕ ਹੈ ਥੈਟ ਵਾਸ ਆਨਸਰ ਬਟ ਲੋਂਗੇਸਟ ਸਰਵਿੰਗ ਹੁਣ ਦੇਖਦੇ ਆਂ ਆਨਸਰ ਕਿਹਦਾ ਕਿਹਦਾ ਆਂਦਾ हू वाज द लॉन्गेस्ट सर्विंग सीएम कप्तान सिंह सलोंकी गोपीचंद बारगा भार्गवा बेराबदत पांडे या दादाबा पा, चिंतापा पवते याद ਵੀ ਕਰਾ ਦੂੰਗਾ ਨਾਲ ਹੀ ਭੁੱਲੂਗੇ ਨਹੀਂ ਕਦੀ ਐਸਾ ਐਸੀ ਜਿਹੜੀ ਟ੍ਰਿਕ ਦੱਸੂੰਗਾ ਕਿ ਭੁੱਲੂਗੇ ਨਹੀਂ ਤੁਸੀਂ ਹਾਂਜੀ ਆਨਸਰ ਕਿਸੇ ਦਾ ਨਹੀਂ ਆਇਆ ਕਰੈਕਟ ਕਿਸੇ ਵੀ ਬੱਚੇ ਦਾ ਆਨਸਰ ਕਰੈਕਟ ਨਹੀਂ ਆਇਆ ਜਿਹੜੇ ਲੋਂਗਰ ਸਰਵਿੰਗ ਹੀ ਨਾ ਉਹਨਾਂ ਨੂੰ ਬਚਿੰਤਾ ਹੀ ਪੀ ਰਹਿੰਦੀ ਸੀ ਇਸ ਕਰਕੇ ਕੀ ਇਹ ਚਿੰਤਾ ਪਾ ਪਵਾਤੇ ਅਨਸਰ ਕੀ ડી অপਸ਼ਨ ਜਿਹੜੇ ਲੋਂਗਰ ਸਰਵਿੰਗ ਸੀ ਉਹਨਾਂ ਨੂੰ ਕੀ ਜਿਆਦਾ ਲੰਬੇ ਤੱਕ ਰਹੇ ਗਵਰਨਰ ਚਿੰਤਾ ਹੀ ਰਹੀ ਕੀ ਬਣੇਗਾ ਕੁਰਸੀ ਪਤਾ ਨਹੀਂ ਕਦੋਂ ਜਾਂਦੀ ਕਦੋਂ ਜਾਂਦੀ ਕਦੋਂ ਕਹਿੰਦੇ ਚਿੰਤਾ 'ਚ ਡੁੱਬੇ ਰਹੇ ਉਹ ਤੇ ਇਸ ਕਰਕੇ ਚਿੰਤਾ ਦੇ ਬਾਵਜੂਦ ਉਹ ਲੋਂਗਰ ਸਰਵਿੰਗ ਦੇ ਵਿੱਚ ਚਲੇ ਗਏ ਦਾਦਾ ਪਾ ਚਿੰਤਾ ਪਾ ਪਵਾਤੇ ਇਸ ਦਾ ਰਾਈਟ ਆਨਸਰ ਡੀ অপਸ਼ਨ ਇਜ਼ ਦਾ ਕਰੈਕਟ ਆਨਸਰ ਓਕੇ ਅਗਲੇ ਕੁਐਸਚਨ ਤੇ ਚੱਲਦੇ ਆ ਬਹੁਤ ਇੰਪੋਰਟੈਂਟ ਕੁਐਸਚਨ 댓 ਇਜ਼ ਦਾ ਲੋਂਗੇਸਟ ਸਰਵਿੰਗ ਗਵਰਨਰ ਆਫ ਦਾ ਪੰਜਾਬ ਓਕੇ ਜੀ ਅਗਲਾ ਕੁਐਸਚਨ ਹੈ ਦਾ ਸ਼ਾਰਟੈਸਟ ਸਰਵਿੰਗ ਇਹਦਾ ਤਾਂ ਹੁਣ ਤੁਸੀਂ ਆਪੀ ਆਨਸਰ ਦੇਣਾ ਹੈ ਇਹਦਾ ਤਾਂ ਸਾਰਿਆਂ ਨੇ ਆਨਸਰ ਦੇਣਾ ਹੈ ਟ੍ਰਿਕਸ ਦਸੀਦਾ ਜਨਨ ਨਾਲ ਟ੍ਰਿਕਸ ਦਸੀ ਜਨਨ ਨਾਲ ਕਿਹੜੀ ਟ੍ਰਿਕਸ ਨਹੀਂ ਦਸੀ ਬਈ ਮੈਂ ਇੱਕ ਵਾਰੀ ਰਿਪੀਟ ਕਰ ਦਿੰਦਾ ਸਾਰੇ ਗਵਰਨਰ ਰਿਪੀਟ ਕਰ ਦਿੰਦਾ ਇੱਕ ਵਾਰੀ ਫੇਰ ਰਿਪੀਟ ਕਰ ਦਿੰਦਾ ਸੋ ਥੈਟ ਕਿ ਕਦੇ ਵੀ ਭੁੱਲੇ ਨਾ ਤੁਹਾਨੂੰ ਠੀਕ ਹੈ ਤੋ ਸਾਰਿਆਂ ਨਾਲੋਂ ਛੋਟੇ ਸਾਰਿਆਂ ਨਾਲੋਂ ਛੋਟਾ ਟਾਈਮ ਪੀਰੀਅਡ ਕਿਸ ਗਵਰਨਰ ਦਾ ਸੀਗਾ ਠੀਕ ਹੈ ਹੋਕੇਸ਼ੇ ਹੋਕੇਸ਼ੇ ਨਾਮ ਹੀ ਛੋਟਾ ਜਿਹਾ ਨਾ ਹੋਕੇਸ਼ੇ ਠੀਕ ਹੈ ਤੋ ਹੋਕੇਸ਼ੇ ਗਵਰਨਰ ਨਾਮ ਹੀ ਐਵੇਂ ਦਾ ਹੋਕੇਸ਼ੇ ਠੀਕ ਹੈ ਹੋਕੇ ਮਤਲਬ ਹੋਕੇ ਹੀ ਵਾਰ ਦੇ ਰਹੇ ਸੀ ਮਤਲਬ ਜਲਦੀ ਲਾਤਾ ਤੋ ਹੌਕੇ ਭਾਰ ਭਾਰ ਕੇ ਰੋਂਦੇ ਰਹੇ ਜਾਣ ਮੇਲੇ ਕਿ ਮੈਨੂੰ ਬਹੁਤ ਛੇਤੀ ਲਾ ਦਿੱਤਾ ਤੇ ਹੌਕੇ ਸ਼ੇ ਸੀਮਾਵਾਸ ਦਾ ਸ਼ੋਰਟੈਸਟ ਸਰਵਿੰਗ ਜਿਹੜਾ ਗਵਰਨਰ ਆਫ ਦਾ ਪੰਜਾਬ ਠੀਕ ਹੈ ਤੋ ਇਸ ਤਰ੍ਹਾਂ ਯਾਦ ਕਰਾਂਗੇ ਕਿ ਇੱਕ ਦਾ ਹੌਕੇ ਭਰ ਦੇ ਰਹੇ ਉਹ ਛੇਤੀ ਕਿਉਂਕੀ ਕੱਢ ਦਿੱਤੇ ਸੀ ਦੂਸਰੇ ਚਿੰਤਾ ਚ ਡੁੱਬੇ ਸੀ ਉਹ ਲੋਂਗੇਸਟ ਹੋ ਗਿਆ ਚਿੰਤਾ ਪਾ ਹੋ ਗਿਆ ਦੋ ਆਪਣੇ ਲੋਂਗੇਸਟ ਔਰ ਸ਼ੋਰਟੈਸਟ ਸਰਵਿੰਗ ਹੋ ਗਏ ਅਗਲਾ ਕੁਐਸਚਨ ਆਪਣੇ ਕੋਲ ਦੇਖਦੇ ਆ ਕੀ ਆ ਅਗਲਾ ਕੁਐਸਚਨ ਹੈ ਫੈਮੀਨਾ ਮਿਸ ਵਰਲਡ ਇੰਡੀਆ 2013 ਵਨ ਬਾਈ ਦਾ ਆ ਕੀ ਕੁਐਸਚਨ ਬਣ ਗਿਆ ਠੀਕ ਹੈ ਚਲੋ ਆਹ ਕੁਸ਼ਚਨ ਆਪਣਾ ਲੱਗਦਾ ਖਰਾਬ ਹੋ ਗਿਆ ਚਲੋ ਕੋਈ ਗੱਲ ਨਹੀਂ ਓਹੋ ਚਲੋ ਨੈਕਸਟ ਕੁਸ਼ਚਨ ਆ ਦਾ ਵਰਡ ਪੰਜਾਬੀ ਇਸ ਟੇਕਨ ਫਰੋਮ ਵਿਚ ਲੈਂਗੁਏਜ ਦਾ ਵਰਡ ਪੰਜਾਬੀ ਇਸ ਟੇਕਨ ਫਰੋਮ ਵਿਚ ਲੈਂਗੁਏਜ ਦਾ ਸਮਾਲੈਸਟ ਦਾ ਸਮਾਲੈਸਟ ਸੀਐਮ ਹੋਕੇਸ਼ੇਸੀਮਾ ਮੈਂ ਇੱਕ ਵਾਰੀ ਰਿਵਾਈਜ਼ ਕਰਵਾਤਾ ਸਾਰੇ ਰੁਕੋ ਜੀ ਸਾਰੇ ਰਿਵਾਈਜ਼ ਕਰਵਾ ਦਿੰਨੇ ਆ ਲਓ ਜੀ ਆ ਦੇਖੋ ਸ਼ੋਰਟੈਸਟ ਸਰ ਸਰਵਿੰਗ ਜਿਹੜੇ ਗਵਰਨਰ ਸੀਗੇ ਥੈਟ ਵਾਸ ਦਾ ਹੋਕੇਸ਼ੇਸੀਮਾ ਠੀਕ ਹੈ 체ਤੀ ਲਾ ਦੇ ਤੇ ਇਸ ਲਈ ਹੋ ਕੇ ਪਰਦੇ ਪਰਦੇ ਰੋਂਦੇ ਰੋਂਦੇਗੇ ਠੀਕ ਹੈ ਲੋਂਗਰ ਸਰਵਿੰਗ ਆਹ ਬੜੀ ਦੇਰ ਤੱਕ ਸਰਵ ਕੀਤਾ ਚਿੰਤਾ ਦੇ ਵਿੱਚ ਹੀ ਘਰੇ ਰਹ ਗੱਦੀ ਤੇ ਬੈਠੇ ਰਹੇ ਚਿੰਤਾ ਦੇ ਵਿੱਚ ਪੇਰੇ ਤੋਂ ਆਨਸਰ ਕੀ ਆ ਗਿਆ that is ਦਾਦਾ ਪਾ ਚਿੰਤਾ ਪਾ ਪਵਾਤੇ ਠੀਕ ਹੈ ਅਗਲਾ ਕੁਸ਼ਨ ਤੇ ਚੱਲਦੇ ਆ ਮੁਸਲਿਮ ਤੋਂ ਮੁਸਲਿਮ ਇਬਰਾਹਿਮ ਠੀਕ ਹੈ ਕਿਹੜਾ ਹਾਫਿਜ਼ ਮੁਹੰਮਦ ਇਬਰਾਹਿਮ ਤੋਂ ਮੁਸਲਿਮ ਗਵਰਨਰ ਅਗਲੇ ਕੁਸ਼ਨ ਤੇ ਚੱਲਦੇ ਆ ਗਵਰਨਰ ਜਦੋਂ ਕਿਸਾਨ ਅੰਦੋਲਨ ਚੱਲਿਆ ਸੀਗਾ ਉਦੋਂ ਵੀ ਪੀ ਸਿੰਘ ਬਡਨੌਰ ਸੀ ਬਡਨੌਰ ਮਣੀ ਮਤਲਬ ਜਦੋਂ ਅੰਦੋਲਨ ਚੱਲਿਆ ਬੜੀ ਬੈਡ ਗੱਲ ਆ ਨਾ ਤੋ ਬੈਡ ਨੌਰ ਤੋਂ ਬੈਡ ਨੌਰ ਤੋਂ ਯਾਦ ਕਰ ਲੈਣਾ ਠੀਕ ਹੈ ਅਗਲੇ ਕੁਐਸਚਨ ਤੇ ਚੱਲਦੇ ਆ ਕਿ ਮਰਜਰ ਜਦੋਂ ਪੈਪਸੂ ਤੇ ਪੰਜਾਬ ਦਾ ਹੋਇਆ ਮਰਜਰ ਜਦੋਂ ਪੈਪਸੂ ਤੇ ਪੰਜਾਬ ਦਾ ਹੋਇਆ ਪੰਜਾਬ ਕੀ ਹੋ ਗਿਆ ਵੱਡਾ ਹੋ ਗਿਆ ਤੇ ਨਾਮ ਵੀ ਇਸ ਕਰਕੇ ਵੱਡਾ ਹੋਇਆ ਚੰਦੇਸ਼ਵਰ ਪ੍ਰਸਾਦ ਨਰਾਇਣ ਸਿੰਘ ਠੀਕ ਹੈ ਚੰਦੇਸ਼ਵਰ ਪ੍ਰਸਾਦ ਨਰਾਇਣ ਸਿੰਘ ਅਗਲੇ ਕੁਐਸਚਨ ਜਦੋਂ 84 ਦੇ ਦੰਗੇ ਹੁੰਦੇ ਨੇ ਉਦੋਂ ਦਰੰਗੇ ਜਦੋਂ ਦੰਗੇ ਹੋਏ ਨੇ ਠੀਕ ਹੈ ਉਸ ਸਮੇ ਉਸ ਸਮੇ ਦਾ ਰੂਪ ਕਿ ਹੋ ਜਾ ਸੀਗਾ ਰੂਪ ਕਿ ਹੋ ਜਾ ਸੀਗਾ ਪੰਜਾਬ ਦਾ ਬੜਾ ਬਿਆਨਕ ਰੂਪ ਸੀ ਤੋ ਕੀ ਬਣ ਗਿਆ ਬਿਹਰਾਬਦਤ ਪਾਂਡੇ ਬਿਆਨਕ ਰੂਪ ਬਿਹਰਾਬਦਤ ਪਾਂਡੇ ਓਕੇ ਅ ਧਰਮ ਵੀਰਾ ਇਹ ਮੈਂ ਦੱਸ ਦਿੱਤਾ 1966 ਦੇ ਵਿੱਚ ਧਰਮ ਕਹਿ ਦੋ ਕਿ Hindu ਤੇ Sikh ਹੈ ਜਿਹੜੇ ਅਲੱਗ-ਅਲੱਗ ਜਗ੍ਹਾ ਲੈਂਗੁਏਜ ਦੇ ਆਧਾਰ ਤੇ ਹੋ ਗਏ ਤੋ ਧਰਮ ਵੀਰਾ ਠੀਕ ਹੈ ਕਰਨਦੀਵੰਡ ਕਹਿ ਕੇ ਇਹਨੂੰ ਆਪਾਂ ਯਾਦ ਕੀਤਾ ਜਾ ਸਕਦਾ ਹੈ ਚਲੋ ਜੀ ਆ ਸਾਰੇ ਗਵਰਨਰ ਆਪਾਂ ਤੁਹਾਨੂੰ ਕਰਾ ਦਿੱਤੇ ਯਾਦ ਅੱਜ ਤੋਂ ਬਾਅਦ ਕਦੀ ਭੁੱਲਨੇ ਨਹੀਂ ਚਾਹੀਦੇ ਕਿਸੇ ਵੀ ਪੇਪਰ ਦੇ ਵਿੱਚ ਆ ਜਾਏ ਤੋਂ ਚਲੋ ਇਸ ਕੁਐਸਚਨ ਦੇ ਆਨਸਰ ਦਿੰਨੇ ਆ ਫਾਰਸੀ ਦੇਤਾ ਆਨਸਰ ਵੈਰੀ ਗੁੱਡ ਫਾਰਸੀ ਪੰਜਾਬੀ ਜਿਹੜਾ ਟੇਕਨ ਪੰਜਾਬੀ ਕਿੱਥੋਂ ਲਈ ਗਈ ਫਾਰਸੀ ਲੈਂਗੁਏਜ ਤੋਂ ਲਈ ਗਈ ਔਰ ਪੰਜਾਬੀ ਦੀ ਜਿਹੜੀ ਆਪਾਂ ਕਹਿ ਦਿੰਨੇ ਆ ਨਾ ਕਿ ਜਿਹੜੀ ਕੀ ਕਹਿ ਦਿੰਦੇ ਆ ਫਾਊਂਡੇਸ਼ਨ ਲੈਂਗੁਏਜ ਕਿਹੜੀ ਸੀ ਯਾਨੀ ਕਿਸ ਲੈਂਗੁਏਜ ਤੋਂ ਇਹ ਅੱਗੇ ਡਿਵੈਲਪ ਹੋਈ ਉਹ ਕਿਹੜੀ ਹੈ ਦੈਟ ਇਜ਼ ਅ ਪ੍ਰਕ੍ਰਿਤ ਪ੍ਰਕ੍ਰਿਤ ਲੈਂਗੁਏਜ ਤੋਂ ਡਿਵੈਲਪ ਹੋਈ ਠੀਕ ਹੈ ਤਾਂ ਪ੍ਰਕ੍ਰਿਤ ਲੈਂਗੁਏਜ ਤੋਂ ਡਿਵੈਲਪ ਹੋਈ ਹੈ ਕਿਹੜੀ ਦੈਟ ਇਜ਼ ਅ ਪੰਜਾਬੀ ਲੈਂਗੁਏਜ ਪਰਸ਼ੀਅਨ ਫਾਰਸੀ ਕਿਨੂੰ ਕਹਿ ਦਿੰਨੇ ਆਪਾਂ ਪਰਸ਼ੀਅਨ ਲੈਂਗੁਏਜ ਨੂੰ ਔਰ ਜਾਫਰਨਾਮਾ ਵੀ ਪਰਸ਼ੀਅਨ ਚ ਲਿਖਿਆ ਗਿਆ ਸੀ ਜਾਫਰਨਾਮਾ ਵੀ ਪਰਸ਼ੀਅਨ ਚ ਲਿਖਿਆ ਗਿਆ ਸੀ ਔਰ ਜਾਫਰਨਾਮਾ ਦੇ ਜਿਹੜੇ ਵਰਸਿਸ ਸੀਗੇ ਉਹ 333 31 111 ਵਰਸ ਸੀ ਸੀ ਠੀਕ ਹੈ ਲਿਖਿਆ ਕਿਹਦੇ ਗਿਆ ਸੀ ਪਰਸ਼ੀਅਨ ਲੈਂਗੁਏਜ ਦੇ ਵਿੱਚ ਫਾਰਸੀ ਲੈਂਗੁਏਜ ਦੇ ਵਿੱਚ ਦੈਟਸ ਇਟ ਠੀਕ ਹੈ ਚਲੋ ਜੀ ਅਗਲੇ ਕੁਸ਼ਨ ਤੇ ਚਲਦੇ ਹਾਂ ਅਗਲਾ ਕੁਸ਼ਨ ਕੀ ਆ ਆਪਣੇ ਕੋਲ ਆ ਕੀ ਹੋ ਗਿਆ ਯਾਰ ਆ ਮਤਲਬ ਇੱਕ ਸੈਕਿੰਡ ਇੱਕ ਸੈਕਿੰਡ ਆ ਰਿਹਾ ਇੱਕ ਮਿੰਟ ਪੰਜਾਬੀ ਐਜ਼ ਅ ਕੰਪਲਸਰੀ ਸਬਜੈਕਟ ਫੋਰ ਦਾ ਸਟੂਡੈਂਟਸ ਫਰੋਮ ਦਾ ਫਰਸਟ ਟੂ 10th ਕਲਾਸ ਵਾਸ ਮੇਡ ਇਨ ਵਿਚ ਈਅਰ ਕਿਸ ਸਾਲ ਦੇ ਵਿੱਚ ਪੰਜਾਬੀ ਨੂੰ ਕੰਪਲਸਰੀ ਸਬਜੈਕਟ ਕਰ ਦਿੱਤਾ ਗਿਆ ਦੇਖੋ ਪੰਜਾਬੀ ਕੰਪਲਸਰੀ ਦੀ ਆ ਹੁਣੀ ਨਿਊਜ਼ ਆਈ ਆ ਹੁਣੀ ਨਿਊਜ਼ ਆਈ ਆ ਕਿ ਪੰਜਾਬੀ ਜਿਹੜਾ ਨਹੀਂ ਕਰਾਏਗਾ ਜਿਹੜੇ ਸਕੂਲ ਚ ਪੰਜਾਬੀ ਨਹੀਂ ਹੋਏਗੀ ਉਹਨੂੰ 2 ਲੱਖ ਰੁਪਏ ਦਾ ਫਾਈਨ ਪੇਗਾ ਆ ਚੰਨੀ ਸਾਹਿਬ ਨੇ ਕਰ ਦਿੱਤਾ 2 ਲੱਖ ਰੁਪਏ ਦੀ ਪੈਨਲਟੀ ਜੇ ਪੰਜਾਬੀ ਜੇ ਸਕੂਲ ਦੇ ਵਿੱਚ ਨਹੀਂ ਫੋਲੋ ਕੀਤੀ ਗਈ ਠੀਕ ਹੈ ਇਸ ਕਰਕੇ ਪੰਜਾਬੀ ਦੀ ਆਪਾਂ ਆਪਾਂ ਗੱਲ ਕਰੀ ਆ ਆਪਾਂ ਯਾਦ ਰੱਖਾਂਗੇ ਇੱਕ ਤਾਂ 1992 ਉਹਦੇ ਬਾਅਦ 2004 ਯਾਦ ਰੱਖ ਲੈਣੇ ਆ ਉਹਦੇ ਬਾਅਦ 2020 ਆ 21 ਠੀਕ ਹੈ 1992 ਦੇ ਵਿੱਚ ਪਹਿਲੀ ਵਾਰੀ ਪੰਜਾਬੀ ਕੰਪਲਸਰੀ ਕੀਤੀ ਗਈ 2004 ਦੇ ਵਿੱਚ 1 ਤੋਂ ਲੈ ਕੇ 10ਵੀਂ ਤੱਕ ਜਿਹੜੀ ਪੰਜਾਬੀ ਕੰਪਲਸਰੀ ਕਰ ਦਿੱਤੀ ਗਈ ਉਹਦੇ ਬਾਅਦ 2021 2021 ਦੇ ਵਿੱਚ ਜਿਹੜੀ ਪੰਜਾਬੀ ਆ ਉਹ ਕੀ ਕਰ ਦਿੱਤਾ ਗਿਆ ਅੱਜ ਦੀ ਡੇਟ ਦੀ ਗੱਲ ਕਰੀਏ ਇਸ ਸਾਲ ਜਿਹੜਾ ਉਹਨਾਂ ਨੇ ਕਾਨੂੰਨ ਬਣਾਤਾ ਜਿਹੜਾ ਸਕੂਲ ਪੰਜਾਬੀ ਲੈਂਗੁਏਜ ਨਹੀਂ ਪੜ੍ਹਾਏਗਾ ਉਹਨੂੰ 2 ਲੱਖ ਰੁਪਏ ਦਾ ਪੰਜਾਬ ਦੇ ਵਿੱਚ ਉਹ ਸਕੂਲ ਜਿਹੜਾ ਪੰਜਾਬੀ ਨਹੀਂ ਪੜ੍ਹਾਊਗਾ ਸਬਜੈਕਟ ਜਿਹਦੇ ਜਿਹੜਾ ਪੰਜਾਬੀ ਨਹੀਂ ਰੱਖੂਗਾ ਉਹਨੂੰ 2 ਲੱਖ ਰੁਪਏ ਦਾ ਜੁਰਮਾਨਾ ਇਸ ਕਰਕੇ ਸਾਰਿਆਂ ਨੂੰ ਪੰਜਾਬੀ ਪੜ੍ਹਨੀ ਹੀ ਪੈਣੀ ਹੈ 92 ਤੋਂ ਸ਼ੁਰੂ ਦੇਖੋ ਇਹਦਾ ਇਹਦਾ ਇਸ ਕੁਸ਼ਨ ਦਾ ਆਨਸਰ ਕਰੀਏ ਤੇ 2004 ਇਸ ਕੁਸ਼ਨ ਦਾ ਆਨਸਰ ਕਰੀਏ ਤੇ 2004 ਬਟ ਜੇ ਵੈਸੇ ਪੰਜਾਬੀ ਕਦੋਂ ਜਿਹੜੀ ਹੈ ਕੰਪਲਸਰੀ ਕੀਤੀ ਗਈ ਉਹ 1992 ਠੀਕ ਹੈ 92 ਜਿਹਦੇ ਵਿੱਚ ਇੱਕ ਪਹਿਲੀ ਤੋਂ ਲੈ ਕੇ 10ਵੀਂ ਤੱਕ ਸਾਰਿਆਂ ਲਈ ਕੰਪਲਸਰੀ ਕਰ ਦਿੱਤੀ ਗਈ ਠੀਕ ਹੈ ਅੱਜ ਕੁਸ਼ਨ ਸ਼ਾਇਦ ਕੁਝ ਸੇਵ ਦੇ ਵਿੱਚ ਕੁਝ ਦਿੱਕਤ ਰਹਿ ਗਈ ਠੀਕ ਹੈ ਚਲੋ ਆ ਕੁਝ ਰਿਵੀਜ਼ਨ ਕਰਦੇ ਆ 10 ਕੁ ਮਿੰਟ ਆਪਣੇ ਕੋਲ ਹੈਗੇਗਾ ਤੇ ਆ ਸਿਨੇਮਾ ਆਫ ਦਾ ਪੰਜਾਬ ਹੈਜ਼ ਬੀਗਨ ਇਟਸ 1928 ਵਾਲੀ ਪ੍ਰੋਡਕਸ਼ਨ ਤੋਂ ਕਿਹੜੀ ਪਹਿਲੀ ਫਿਲਮ ਮੂਵੀ ਸੀਗੀ ਮੂਕ ਮੂਵੀ ਕਿਹੜੀ ਸੀ ਯਾਨੀ ਕਿ ਸਾਊਂਡਲੈਸ ਮੂਵੀ ਸਾਊਂਡਲੈਸ ਮੂਵੀ ਲੈਕਚਰ ਦਾ 5 ਵਜੇ ਦਾ ਸਟਾਰਟ ਹੋਇਆ ਹੁਣ ਤਾਂ ਖਤਮ ਹੋਣ ਦਾ ਟਾਈਮ ਆ ਗਿਆ ਤੋਂ ਵਿਚ ਵਾਸ ਆਫ ਦਾ ਫੋਲੋਇੰਗ ਵਾਸ ਦਾ ਸਾਊਂਡਲੈਸ ਮੂਵੀ ਤੋਂ ਜਲਦੀ ਜਲਦੀ ਆਨਸਰ ਕਰ ਦਿਓ ਇਹਦਾ ਹਾਂਜੀ ਅੱਜ ਵੀ ਆਨਸਰ ਹੱਲੇ ਵੀ ਗਲਤ ਦੇ ਰਹੇ ਨੇ ਸਾਊਂਡਲੈਸ ਮੂਵੀ ਦੀ ਗੱਲ ਕੀਤੀ ਜਾਏ ਯਾਨੀ 1928 ਦੇ ਵਿੱਚ ਪਹਿਲੀ ਵਾਰੀ ਡਾਟਰਸ ਆਫ ਟੂਡੇ ਆਈ ਸੀ ਪਿੰਡ ਦੀ ਕੁੜੀ ਸ਼ੀਲਾ ਬਾਅਦ ਵਿੱਚ ਆਈ ਸੀ ਮੈਂ ਬਹੁਤ ਵਾਰੀ ਇਹ ਕੁਐਸਚਨ ਸਮਝਾਇਆ ਔਰ ਨਾਨਕਨਾਮ ਜਹਾਜ਼ ਹੈ ਪਹਿਲੀ ਫਿਲਮ ਜਿਹਨੂੰ ਨੈਸ਼ਨਲ ਅਵਾਰਡ ਮਿਲਿਆ ਜਿਹਨੂੰ ਨੈਸ਼ਨਲ ਅਵਾਰਡ ਮਿਲਿਆ ਨਾ ਕਨਫਿਊਜ਼ ਹੋਇਆ ਕਰੋ ਨਾ ਚੀਜ਼ਾਂ ਖਰਾਬ ਕਰਿਆ ਕਰੋ ਠੀਕ ਹੈ ਨਾ ਜੀ ਜਾਂ ਖਰਾਬ ਕਰਿਆ ਕਰੋ ਇੰਨੇ ਕਨਫਿਊਜ਼ ਨਾ ਹੋਇਆ ਕਰੋ ਅਗਲੇ ਕੁਐਸਚਨ ਤੇ ਚੱਲਦੇ ਆਂ ਅਗਲਾ ਕੁਐਸਚਨ ਦੇਖਦੇ ਆਂ ਫਰਸਟ ਇੰਟਰਨੈਸ਼ਨਲ 에ਅਰਪੋਰਟ ਪਹਿਲਾ ਇੰਟਰਨੈਸ਼ਨਲ 에ਅਰਪੋਰਟ ਪੰਜਾਬ ਦਾ ਕਿਹੜਾ ਮੰਨਿਆ ਜਾਂਦਾ ਹੈ ਪਹਿਲਾ ਇੰਟਰਨੈਸ਼ਨਲ 에ਅਰਪੋਰਟ ਪੰਜਾਬ ਦਾ ਕਿਹੜਾ ਮੰਨਿਆ ਜਾਂਦਾ ਕਿਉਂ ਪਹਿਲਾ ਕਿਉਂ ਇਹਨੂੰ ਕਿਹਾ ਜਾਂਦਾ ਕਿਉਂਕਿ ਇਹਨੇ 1930 ਦੇ ਵਿੱਚ ਹੀ ਆਪਣੇ ਆਪਰੇਸ਼ਨ ਸ਼ੁਰੂ ਕਰ ਲਏ ਸੀ ਜਿਹਦੇ ਵਿੱਚ ਕਸ਼ਮੀਰ ਨੂੰ ਤੇ ਦਿੱਲੀ ਨੂੰ ਫਲਾਈਟ ਜਾਂਦੀ ਸੀ ਉਦੋਂ ਇਹ ਡੋਮੈਸਟਿਕ ਸੀਗਾ ਹਾਂਜੀ ਉਹਦੇ ਬਾਅਦ ਉਦੇ ਬਾਅਦ ਇਹਦੀ ਪਹਿਲੀ ਫਲਾਈਟ ਦੀ ਗੱਲ ਕਰੀਏ ਇਸ 에ਰਪੋਰਟ ਦੀ ਪਹਿਲੀ ਜਿਹੜੀ ਫਲਾਈਟ ਗਈ ਸੀ ਉਹ ਗਈ ਸੀ ਕਾਬੂਲ ਨੂੰ ਪਹਿਲੀ ਫਲਾਈਟ ਗਈ ਸੀ ਕਾਬੂਲ ਨੂੰ ਬਟ 1982 ਦੇ ਵਿੱਚ ਜਿਹੜੀ ਇੰਟਰਨੈਸ਼ਨਲ ਫਲਾਈਟ ਯੂਕੇ ਨੂੰ ਜਿਹੜੀ ਹੈ ਚਲਣੀ ਸ਼ੁਰੂ ਹੋ ਗਈ ਬਟ ਬਾਅਦ ਵਿੱਚ ਬੰਦ ਵੀ ਹੋ ਗਈ 1984 ਦੇ ਡੰਗਿਆਂ ਤੋਂ ਬਾਅਦ ਬਾਅਦ ਵਿੱਚ ਬੰਦ ਵੀ ਹੋ ਗਈ ਯੂਕੇ ਦੇ ਬਰਮਿੰਗਮ ਜਗ੍ਹਾ ਤੇ ਜਿਹੜੀ ਹੈ ਫਲਾਈਟ ਚਲਣੀ ਸ਼ੁਰੂ ਹੋ ਗਈ ਸੀ 1982 ਦੇ ਵਿੱਚ ਤੇ ਆਪਸ਼ਨ ਨੰਬਰ ਹੈਗੀ ਆਪਣੇ ਕੋਲ ਏ ਜਿਹਨੂੰ ਆਪਾਂ ਕੀ ਕਹਿੰਦੇ ਆ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਰਾਜਸਥਾਨ ਸੀ 에어ਪੋਰਟ اور ਸ਼ਹੀਦ ਆਜ਼ਮ ਭਗਤ ਸਿੰਘ 에어ਪੋਰਟ ਆ ਕਿੱਥੇ ਆ ਮੁਹਾਲੀ ਦੇ ਵਿੱਚ ਪੇਪਰ 'ਚ ਕਦੀ ਆ ਜਾਏ ਤੇ ਕਦੀ ਕਨਫਿਊਜ਼ ਨਾ ਹੋ ਜਾਣਾ ਓਕੇ ਕਦੀ ਕਨਫਿਊਜ਼ ਨਾ ਹੋ ਜਾਣਾ ਹਲਵਾੜਾ 에어ਫੋਰਸ ਸਟੇਸ਼ਨ ਜਿਹੜਾ ਇਹ ਲੁਧਿਆਣਾ ਦੇ ਵਿੱਚ ਹੈ ਇਹਦੇ ਵਿੱਚ ਵੀ ਕਨਫਿਊਜ਼ ਨਾ ਹੋ ਜਾਣਾ ਓਕੇ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆਂ ਪੰਜਾਬੀ ਫਿਲਮ ਜਿਹਨੂੰ ਪਹਿਲਾ ਨੈਸ਼ਨਲ ਅਵਾਰਡ ਮਿਲਿਆ ਮੈਂ ਹੁਣੀ ਇਹਦਾ ਆਨਸਰ ਦੇ ਦਿੱਤਾ ਹੁਣ ਇਹਦੇ ਵਿੱਚ ਆਪਾਂ ਗੱਲ ਕਰਦੇ ਆ ਪਹਿਲਾ ਅਵਾਰਡ ਇਹਨਾਂ ਨੂੰ ਮਿਲਿਆ ਦੂਸਰਾ ਅਵਾਰਡ ਇੱਥੇ ਮਿਲਿਆ ਆ ਲੇਟੈਸਟ ਅਵਾਰਡ ਜਿਹੜਾ 2019 ਦਾ ਲੇਟੈਸਟ ਅਵਾਰਡ ਹੈ ਜਿਹੜਾ ਇਹਨੂੰ ਮਿਲਿਆ 2019 ਦੇ ਵਿੱਚ ਰੱਬ ਦਾ ਰੇਡੀਓ 2 ਤਿੰਨੋਂ ਅਵਾਰਡ ਦੱਸ ਦਿੱਤੇ ਪੰਜਾਬੀ ਮੂਵੀ ਦੇ ਪਹਿਲਾ ਅਵਾਰਡ ਦੂਸਰਾ ਅਵਾਰਡ ਲੇਟੈਸਟ ਜਾਨੀ 2019 ਦਾ ਅਵਾਰਡ ਤੋਂ ਆਪਾਂ ਇਹਨੂੰ ਕਰ ਦਿੱਤਾ ਖਤਮ ਠੀਕ ਹੈ ਪਹਿਲਾ ਪਾਇਲਟ ਕੌਣ ਸੀ ਹੂ ਵਾਸ ਦਾ ਹੂ ਇਜ਼ ਕਨਸੀਡਰਡ ਐਸ ਦਾ ਫਰਸਟ ਫੇਮਸ ਪਾਇਲਟ ਆਫ ਦਾ ਫਰਸਟ ਫੇਮਸ ਪਾਇਲਟ ਆਫ ਦਾ ਪੰਜਾਬ ਕਿਨੂੰ ਕੰਸੀਡਰ ਕੀਤਾ ਜਾਂਦਾ ਹੈ ਹਾਂਜੀ ਫਰਸਟ ਪਾਇਲਟ ਕਿਨੂੰ ਕੰਸੀਡਰ ਕੀਤਾ ਜਾਂਦਾ ਤੋਂ ਫਰਸਟ ਪਾਇਲਟ ਪੰਜਾਬ ਦੇ ਪਹਿਲੇ ਪਾਇਲਟ ਦੀ ਗੱਲ ਕਰੀਏ that is a ਸਰਦਾਰ ਹਰਦੀਪ ਸਿੰਘ ਮਲਿਕ ਹੀ ਵਾਸ ਦਾ ਫਰਸਟ ਪਾਇਲਟ ਦੇਖ ਲਓ ਇਹ ਕੁਐਸਚਨ ਕਦੀ ਆ ਗਿਆ ਪੇਪਰ ਦੇ ਵਿੱਚ ਕਦੀ ਗਲਤ ਨਾ ਕਰ ਦਿਓ ਆ ਬਹੁਤ ਇੰਪੋਰਟੈਂਟ ਕੁਐਸਚਨ ਰਹੂਗਾ ਪਹਿਲਾ ਪਾਇਲਟ ਕੌਣ ਸੀ ਸਰਦਾਰ ਹਰਦੀਪ ਸਿੰਘ ਮਲਿਕ ਠੀਕ ਹੈ ਚਲੋ ਜੀ ਅਗਲੇ ਕੁਐਸਚਨ ਤੇ ਦੇਖ ਲੈਣੇ ਆ ਪਹਿਲੇ ਸਾਇੰਟਿਸਟ ਕਿਹਨੂੰ ਕਿਹਾ ਜਾਂਦਾ ਫਰਸਟ ਸਾਇੰਟਿਸਟ ਪੰਜਾਬ ਦੇ ਪਹਿਲੇ ਸਾਇੰਟਿਸਟ ਰੂਚੀ RAM ਸਾਹਨੀ ਇਹ ਫਰਸਟ ਸਾਇੰਟਿਸਟ ਸੀ ਕਿਥੋਂ ਦੇ ਪੰਜਾਬ ਦੇ ਅਗਲੇ ਕੁਐਸਚਨ ਤੇ ਚੱਲਦੇ ਆ ਲਾਰਜੈਸਟ ਰੂਫ ਟਾਪ ਦੇਖੋ ਲਾਰਜੈਸਟ ਦੀ ਗੱਲ ਕਰੀਏ ਰੂਫ ਟਾਪ ਸੋਲਰ ਪਲੈਂਟ ਇਨ ਇੰਡੀਆ ਉਹ ਅੰਮ੍ਰਿਤਸਰ ਬਿਆਸ ਦੇ ਵਿੱਚ ਖੋਲਿਆ ਗਿਆ ਕਿੱਥੇ ਅੰਮ੍ਰਿਤਸਰ ਬਿਆਸ ਦੇ ਵਿੱਚ ਜੇ ਆਪਾਂ ਪਹਿਲਾ ਇੰਡੀਆ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ ਕਰੀਏ ਲਾਰਜੈਸਟ ਰੂਫ ਟਾਪ ਹੈ ਉਹ ਅੰਮ੍ਰਿਤਸਰ ਦੇ ਵਿੱਚ ਹੈ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਫਰਸਟ ਸੋਲਰ ਪਲੈਂਟ ਇਨ ਪੰਜਾਬ ਹਾਂਜੀ ਫਰਸਟ ਸੋਲਰ ਪਲੈਂਟ ਇਨ ਪੰਜਾਬ ਪਹਿਲਾ ਪੰਜਾਬ ਦੇ ਵਿੱਚ ਸੋਲਰ ਪਲੈਂਟ ਜਿਹੜਾ ਕਿੱਥੇ ਓਪਨ ਕੀਤਾ ਜਾਂਦਾ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਤੋ ਕਿੱਥੇ ਲਗਾਇਆ ਗਿਆ ਪਹਿਲਾ ਸਾਰਿਆਂ ਨਾਲ ਪਹਿਲਾ ਅਨੰਦਪੁਰ ਸਾਹਿਬ ਦੇ ਵਿੱਚ ਪਲੈਂਟ ਲਗਾਇਆ ਗਿਆ ਰੋਪੜ ਜ਼ਿਲ੍ਹੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਪਲੈਂਟ ਲਗਾਇਆ ਗਿਆ ਪਹਿਲਾ ਕਿਹੜਾ ਰੋਪੜ ਜ਼ਿਲ੍ਹੇ ਦੇ ਵਿੱਚ ਲਗਾਇਆ ਗਿਆ ਪਹਿਲਾ ਸੋਲਰ ਪਾਵਰ ਪਲਾਂਟ ਇੰਡੀਆ ਦਾ ਜੇ ਆਪਾਂ ਗੱਲ ਕਰੀਏ ਅੱਜ ਦੀ ਡੇਟ ਦੇ ਵਿੱਚ ਲਾਰਜ ਇੰਡੀਆ ਦਾ ਨਹੀਂ ਪੰਜਾਬ ਦਾ ਪਹਿਲਾ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਲੱਗਿਆ ਠੀਕ ਹੈ ਜੇ ਆਪਾਂ ਗੱਲ ਕਰੀਏ ਅੱਜ ਦੀ ਡੇਟ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਸੋਲਰ ਪਲਾਂਟ ਕਿੱਥੇ ਲੱਗਿਆ ਹੋਇਆ 31 ਮੀਗਾਵਾਟ ਬਿਜਲੀ ਪੈਦਾ ਕਰ ਰਿਹਾ ਉਹ ਲੱਗਿਆ ਹੋਇਆ ਮਾਨਸੇ ਨਾਮ ਆਉਦਾ ਮਾਨਸਾ ਸੋਲਰ ਪਾਵਰ ਪਲਾਂਟ ਨਾਮ ਹੈ ਮਾਨਸਾ ਸੋਲਰ ਪਾਵਰ ਪਲਾਂਟ ਤਿੰਨ ਕੁਸ਼ਨ ਤਿੰਨੋਂ ਬੜੇ ਇੰਪੋਰਟੈਂਟ ਹੈ ਸਾਰਿਆਂ ਨਾਲੋਂ ਵੱਡਾ ਰੂਫ ਟਾਪ ਅੰਮ੍ਰਿਤਸਰ ਬਿਆਸ ਠੀਕ ਹੈ ਬਿਆਸ ਡੇਰਾ ਉਹਦੇ ਬਾਅਦ ਮਾਨਸਾ ਅੱਜ ਦੀ ਡੇਟ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਸੋਲਰ ਪਾਵਰ ਪਲਾਂਟ ਫਸਟ ਜਿਹੜਾ ਲੱਗਿਆ ਸੀਗਾ ਅਨੰਦਪੁਰ ਸਾਹਿਬ ਵੀ ਕਿਹ ਲੱਗਿਆ ਸੀਗਾ ਠੀਕ ਹੈ ਤਾਂ ਆ लास्ट ਕੁਐਸ਼ਨ ਕਰਦੇ ਆ ਠੀਕ ਹੈ ਓਕੇ ਚਲੋ ਜੀ ਲਾਸਟ ਕੁਐਸ਼ਨ ਲਾਸਟ ਕੁਐਸ਼ਨ ਆ ਇਹ ਇਹਦਾ ਅਨਸਰ ਤੁਸੀਂ ਦੇ ਦੇਣਾ ਕਿਉਂਕਿ ਅਨਸਰ ਬੜੇ ਬੜੀ ਵਰੀਏ ਕੁਐਸ਼ਨ ਆ ਪਰ ਰਿਪੀਟ ਕਰ ਚੁੱਕੇ ਹਣਾ ਤੋ ਪਹਿਲੀ ਗੱਲ ਕੀ ਹੈ ਕਿ ਮੰਡਾਲਾ ਜੇਲ੍ਹ ਦੇ ਵਿੱਚ ਕਦੋਂ ਭੇਜਿਆ ਗਿਆ ਲਾਲਾ ਲਾਜ ਪਤਰਾਏ ਨੂੰ ਲਾਲਾ ਲਾਜ ਪਤਰਾਏ ਨੂੰ 1907 ਦੇ ਵਿੱਚ ਭੇਜਿਆ ਗਿਆ ਲਾਲਾ ਲਾਜ ਪਤਰਾਏ ਦਾ ਜਨਮ ਹੈ ਜਿਹੜਾ ਦੂਦਕੇ ਵਿਖੇ ਹੋਇਆ ਸੀਗਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਤਾਂ ਮੋਗਾ ਡਿਸਟ੍ਰਿਕਟ ਦੇ ਵਿੱਚ ਹੈ ਬਟ ਉਸ ਸਮੇਂ ਡਿਸਟ੍ਰਿਕਟ ਮੋਗਾ ਨਹੀਂ ਸੀਗੀ ਉਸ ਸਮੇਂ ਲੁਧਿਆਣਾ ਦੇ ਵਿੱਚ ਪੈਂਦਾ ਸੀ ਠੀਕ ਹੈ ਬਟ ਅੱਜ ਦੀ ਡੇਟ ਦੇ ਵਿੱਚ ਕਿੱਥੇ ਹੈ ਡਿਸਟ੍ਰਿਕਟ ਮੋਗੇ ਦੇ ਵਿੱਚ ਠੀਕ ਹੈ ਤੋ ਇਹਦਾ ਇਹਦਾ ਆਨਸਰ ਕੀ ਹੈ ਇਹਦੇ ਨਾਲ ਕੌਣ ਸੀ ਭਾਈ ਮਹਾਰਾਜ ਸਿੰਘ ਇਹ ਆਨਸਰ ਹੈ ਦੈਟਸ ਇਟ ਓਕੇ ਹੁਣ ਮੈਂ ਲਾਸਟ ਨੂੰ ਜਾਂਦੇ ਜਾਂਦੇ ਕੁਝ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਉਹ ਦੱਸਣਾ ਚਾਹਾਂਗਾ ਕਿ ਬੱਚੇ ਤੁਸੀਂ ਸਾਰੇ ਤਿਆਰੀ ਕਰਦੇ ਪਿਓ ਹਨਾ ਤਿਆਰੀ ਤੁਸੀਂ ਸਾਰੇ ਕਰਦੇ ਪਿਓ ਤੋਂ ਗੱਲ ਐਵੇਂ ਆ ਕਿ ਤਿਆਰੀ ਦੇ ਨਾਲ ਨਾਲ ਕੌਣ ਹੈ ਜਿਹੜਾ ਤਿਆਰੀ ਨੂੰ ਸਹੀ ਢੰਗ ਦੇ ਨਾਲ ਕਰ ਰਿਹਾ ਠੀਕ ਹੈ ਤਿਆਰੀ ਨੂੰ ਕੌਣ ਸਹੀ ਢੰਗ ਦੇ ਨਾਲ ਕਰ ਰਿਹਾ ਉਹਦੇ ਵਾਸਤੇ ਇੱਕ ਅੱਛਾ ਗਾਈਡ ਚਾਹੀਦਾ ਹੁੰਦਾ ਇੱਕ ਅੱਛਾ ਤਰੀਕਾ ਪੜਨ ਦਾ ਤੋਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਕਿੱਥੇ ਮਿਲ ਸਕਦੀਆਂ ਨੇ ਤੁਹਾਡਾ ਕੀ ਐਮਾਜ਼ਨ ਕਿਵੇਂ ਖੁੱਲ ਗਿਆ ਠੀਕ ਹੈ ਤਾਂ ਆਪਾਂ ਨੂੰ ਤਿਆਰੀ ਕਰਨ ਲਈ ਜਿਹੜਾ ਇੱਕ ਮਟੀਰੀਅਲ ਜਾਂ ਕਹਿੰਦੇ ਗਾਈਡੈਂਸ ਜਾਂ ਟੀਚਰਸ ਮੈਂਟਰਸ ਜਿਹੜੇ ਕਿ ਸਾਡੀ ਹੈਲਪ ਕਰ ਸਕਣ ਉਹ ਤੁਹਾਨੂੰ ਪੰਜਾਬ ਡਾ 247 ਤੇ ਸਾਰੇ ਮਿਲਣਗੇ ਔਰ ਆ ਬੈਚ ਤੁਸੀਂ ਸਾਰੇ ਦੇਖ ਸਕਦੇ ਹੋ ਅਗਰ ਐਸਆਈ ਦੇ ਪੀਪਲ ਦੀ ਹੱਲੇ ਵੀ ਤਿਆਰੀ ਕਰ ਰਹੇ ਹੋ ਰਿਕਾਰਡਡ ਫਾਰਮ ਚ ਬੈਚ ਲੈ ਸਕਦੇ ਹੋ ਕੋਡ Y354 ਯਾਦ ਰੱਖਿਓ ਇਹ ਨੀਚੇ ਵੀ ਚੱਲ ਰਿਹਾ ਹੈ ਉਹ ਪੱਟੀ ਤੋਂ ਵੀ ਪੜ੍ਹ ਲਓ ਠੀਕ ਹੈ ਪੀਐਸ ਟੈਟ ਦੀ ਅਗਰ ਤਿਆਰੀ ਕਰ ਰਹੇ ਹੋ ਤਾਂ ਪੀਐਸ ਟੈਟ ਦਾ ਬੈਚ ਹੈ ਰਿਹਾ ਠੀਕ ਹੈ ਪੀਐਸ ਟੈਟ ਸੋਸ਼ਲ ਸਟੱਡੀਜ਼ ਦਾ ਬੈਚ ਹੈ ਮੈਥਮੈਟਿਕਸ ਸਾਇੰਸ ਦਾ ਬੈਚ ਵੀ ਹੈਗਾ ਠੀਕ ਹੈ ਉਹਦੇ ਬਾਅਦ ਮਹਾਪੈਕਜੀ ਕੀ ਹੁੰਦਾ ਕਿ ਜੇ ਤੁਸੀਂ ਇੱਕ ਵਾਰੀ ਮਹਾਪੈਕ ਲੈ ਲਿਆ ਆਉਣ ਵਾਲੇ ਸਾਰੇ ਜਿਹੜੇ ਕੋਰਸ ਆ ਔਟੋਮੈਟਿਕਲੀ ਮਹਾਪੈਕ ਦੇ ਵਿੱਚ ਐਡ ਹੁੰਦੇ ਜਾਣਗੇ ਕੋਡ ਆ 0354 ਲਗਾਓਗੇ ਸਸਤਾ ਪੈ ਜਾਊਗਾ ਰੀਸੈਂਟਲੀ ਗੱਲ ਕਰਦੇ ਆ ਕੋਆਪਰੇਟਿਵ ਸੁਸਾਇਟੀ ਬਹੁਤ ਜਲਦੀ ਇਹ ਸਟਾਰਟ ਹੋਣ ਵਾਲਾ ਹੈ ਸੀਟਾਂ ਉਹ ਜਲਦ ਫਿਲ ਹੋ ਜਾਣਗੀਆਂ ਪਿਛਲੀ ਵਾਰੀ ਵੀ ਜਿਹੜੀ ਆ ਕਾਫੀ ਬੱਚਿਆਂ ਦੀ ਐਡਮਿਸ਼ਨ ਰਹਿ ਗਈ ਸੀ ਹੈਨਾ ਪੀਟ੍ਰੀ ਪਲੱਸ ਵੀਚ ਚੇਤਨਾ ਬਹੁਤ ਬੱਚਿਆਂ ਦੀ ਐਡਮਿਸ਼ਨ ਰਹਿ ਗਈ ਸੀ ਠੀਕ ਹੈ ਤਾਂ ਇੱਥੇ ਆਪਾਂ ਕੀ ਕਰੀਏ ਆਪਾਂ ਆਪਣੀ ਈਮੇਲ ਆਈਡੀ ਉਹ ਫਿਲ ਕਰ ਲਵਾਂਗੇ ਠੀਕ ਹੈ ਈਮੇਲ ਆਈਡੀ ਫਿਲ ਕਰਨ ਤੋਂ ਬਾਅਦ ਆਪਾਂ ਕੋਡ ਲਗਾਵਾਂਗੇ Y354 Y354 ਔਰ ਇਸ ਕੋਡ ਨੂੰ ਅਪਲਾਈ ਕਰ ਦੇਵਾਂਗੇ ਦੈਨ ਆਫਟਰ ਯੂ ਵਿਲ ਸੀ ਕਿ ਆਪਣਾ ਜਿਹੜਾ ਬੈਚ ਹੈ 1840 ਦਾ ਹੋ ਜਾਊਗਾ ਠੀਕ ਹੈ ਓਕੇ 1840 ਦਾ ਹੋ ਜਾਏਗਾ ਮੈਰਾਥਨ ਲਗਾਓ ਰੈਪਿਡ ਫਾਇਰ ਮੈਰਾਥਨ ਲੈ ਕੇ ਆਵਾਂਗਾ ਜਰੂਰ ਮੈਂ ओके सो दिस इज ऑल फॉर टुडे थैंक यू जी सत श्री अकाल नमस्कार बाय बाय टू ऑल तो मिलते रहवांगे होजे बेहतरीन और वधिया जी सेशना दे नाल पंजाब 247 ते चैनल नु लाइक शेयर ते सब्सक्राइब करना ना भूलना सो दैट कि तानू वधिया तो वधिया नोटिफिकेशन जेडे आंदे रहन और जेणियां क्लासਾਂ जेडी कंटिन्यूटी है जेडी टाडी पढ़ाई दी ओहो बनी रहे थैंक यू जी बाय बाय टू ऑल सत श्री अकाल जी ਕੁਝ ਬੱਚੇ ਪੁੱਛਦੇ ਨੇ ਸਰ ਹੋਰ ਪੋਸਟ ਆਣਗੀਆਂ ਹੋਰ ਬਹੁਤ ਜਿਆੜੀਆਂ ਵੈਕੰਸੀਆਂ ਆਣਗੀਆਂ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ ਇਹਦੇ ਤੇ ਮੈਂ ਸਪੈਸ਼ਲੀ ਸੈਸ਼ਨ ਵੀ ਬਣਾਇਆ ਸੀ ਆਮਲੇ ਟਾਈਮ ਦੇ ਵਿੱਚ ਪੀਪੀਐਸਸੀ ਦੀਆਂ ਸੀਨੀਅਰ ਅਸਿਸਟੈਂਟ ਦੀਆਂ ਵੈਕੰਸੀਜ਼ ਉਹਦੇ ਬਾਅਦ ਕੀ ਕਹਿੰਦੇ ਆ ਪੰਚਾਇਤ ਸੈਕਟਰੀ ਦੀਆਂ ਵੈਕੰਸੀਜ਼ ਔਰ ਬਹੁਤ ساری ਵੈਕੰਸੀ ਜਿਹੜੀ ਖਾਲੀ ਪਈਆਂ ਤੁਹਾਨੂੰ ਬਹੁਤ ਜਲਦੀ ਦੇਖਣ ਨੂੰ ਮਿਲਣਗੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਲੈਰੀਕਲ ਦੀ ਵੈਕੰਸੀ ਕਾਫੀ ਸਾਰੀ ਵੈਕੰਸੀ ਮਿਲੇਗੀ ਡੋਨਟ ਵਰੀ ਵੀਡੀਓ ਕੋ ਜਿਹਨੂੰ ਵੀ ਕੋਈ ਵੀ ਦਿੱਕਤ ਆਂਦੀ ਹੈ ਇੱਕ ਵਾਰੀ ਜਿਹੜਾ ਇੱਥੇ ਨਾ ਫੋਨ ਨੰਬਰ ਵੀ ਦਿੱਤਾ ਹੁੰਦਾ ਆਪਾਂ ਪਿੱਛੇ ਜਾਵਾਂਗੇ ਤੁਸੀਂ ਇੱਥੇ ਕਾਲ ਕਰ ਲਿਆ ਕਰੋ ਯਾਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਂਦੀ ਹੈ ਨਾ ਜਿਵੇਂ ਸਪੋਜ਼ ਕਰ ਲਓ ਤੁਸੀਂ ਆ ਇੱਥੇ ਫੋਨ ਨੰਬਰ ਕਿਤੇ ਦਿੱਤਾ ਹੋਏਗਾ ਇੱਥੇ ਕਾਲ ਕਰ ਲਓ ਇਸ ਨੰਬਰ ਤੇ ਕਾਲ ਕਰ ਲਓ ਜੋ ਵੀ ਤੁਹਾਨੂੰ ਦਿੱਕਤ ਆ ਰਹੀ ਆ ਇਹਨਾਂ ਨੂੰ ਤੰਗ ਕਰੋ ਇਸ ਨੰਬਰ ਤੇ ਕਾਲ ਕਰੋ ਠੀਕ ਹੈ ਕੋਈ ਵੀ ਦਿੱਕਤ ਆ ਰਹੀ ਹੈ ਜੋ ਵੀ ਦਿੱਕਤ ਆ ਰਹੀ ਹੈ ਅਡਾ 247 سپورਟ ਐਟ ਦਾ ਅਡਾ 247 ਤੇ ਮੇਲ ਵੀ ਡ੍ਰੋਪ ਕਰ ਸਕਦੇ ਹੋ ਅਗਰ ਤੁਹਾਨੂੰ ਜਿਵੇਂ ਕਿ ਇੱਕ ਬੱਚੇ ਨੇ ਅੰਦਰ ਲਾਈਵ ਕਲਾਸ ਤਾਂ ਸਹੀ ਚੱਲ ਰਹੀ ਹੈ ਬਟ ਰਿਕਾਰਡਡ ਦੇਖਣ ਚ ਪ੍ਰੋਬਲਮ ਆ ਰਹੀ ਹੈ ਰਿਕਾਰਡਡ ਜਿਹੜੀ 24 ਘੰਟੇ ਬਾਅਦ ਲੋਡ ਹੁੰਦੀ ਹੈ ਠੀਕ ਹੈ ਤੋ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਸਰੀ ਗਾਲ ਨਮਸਕਾਰ ਬਾਏ ਬਾਏ ਟੂ ਆਲ